ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਚਾਵਲਾ ਸਾਹਿਬ। ਦੇਸ਼ ਧਰੋ ਕਾਨੂੰਨ, ਰਾਜ ਧਰੋ ਦੇਸ਼ ਧਰੋ, ਇਹਦੀ ਪਰਿਭਾਸ਼ਾ ਬੜੀ ਜੇ ਕੱਢਣੀ ਪਵੇ ਤਾਂ ਡਿਫਰੈਂਟ ਬਣਦੀ ਹੈ। ਰਾਜ ਧਰੋ ਕੀ ਹੈ, ਦੇਸ਼ ਧਰੋ ਕੀ ਹੈ? ਰਾਜ ਦੇਸ਼ ਧਰੋ, ਦੇਸ਼ ਧਰੋ ਕਾਨੂੰਨ। ਮੈਂ ਸਮਝਦਾ ਕਿ ਰਾਜ ਜਿਹੜੀ ਵੀ ਪਾਰਟੀ ਕਰ ਰਹੀ ਹੈ ਉਹ ਦੇਸ਼ ਨੂੰ ਚਲਾ ਰਹੀ ਹੈ, ਅਤੇ ਇਸ ਕਰਕੇ ਕਾਨੂੰਨ ਦੇ ਮੁਤਾਬਕ ਉਹਦੀ 124A ਜਿਹੜਾ ਕਾਨੂੰਨ ਉਹਦੀ ਧਾਰਾ ਦੇ ਮੁਤਾਬਕ ਉਸ ਰਾਜ ਚਲਾਉਣ ਵਾਲੀ ਸਰਕਾਰ ਦੇ ਲਈ ਜਾਂ ਦੇਸ਼ ਪ੍ਰਤੀ ਕੋਈ ਸ਼ਬਦ ਜਿਹੜਾ ਵੱਧ ਘੱਟ ਬੋਲਿਆ ਜਾਂਦਾ, ਜਿਹੜਾ ਅੰਗਰੇਜ਼ਾਂ ਦੇ ਰਾਜ ਦੇ ਵੇਲੇ ਦਾ ਕਾਨੂੰਨ ਹੈ, ਕਿਉਂਕਿ ਉਹ ਅੰਗਰੇਜ਼ ਤਾਂ ਚਾਹੁੰਦੇ ਹੀ ਸਨ ਕਿ ਹਰ ਕੋਈ ਉਹਨਾਂ ਦੀ ਜਿਹੜੀ ਹੈ ਚਾਪਲੂਸੀ ਕਰੇ, ਉਹਨਾਂ ਦੇ ਖਿਲਾਫ਼ ਉਹਨਾਂ ਦੇ ਕੀਤੇ ਹੋਏ ਗੱਲ ਨੂੰ ਕੋਈ ਨਿੰਦ ਨਾ ਸਕੇ। ਹਾਂਜੀ, ਕੋਈ ਕਰਦੇ ਵੀ ਨਹੀਂ ਸਨ, ਬੋਲਦੇ ਵੀ ਨਹੀਂ ਸਨ। ਹਾਂਜੀ, 1849 ਤੋਂ ਬਾਅਦ ਜਦੋਂ ਪੰਜਾਬੀਆਂ ਨੇ ਵਾਹ ਵਾਸਤਾ ਪਿਆ, ਫਿਰ ਅਗਲੇ ਨੇ ਨਾਸਾਂ 'ਚ ਦਮ ਲਿਆ ਛੱਡਿਆ, ਫਿਰ ਭਗਤ ਸਿੰਘ, ਰਾਜਗੁਰੂ, ਸੁਖਦੇਵ, ਕਰਤਾਰ ਸਿੰਘ ਸਰਾਭਾ, ਵੱਖੇ ਵੱਖ ਜਿਹੜੇ ਵੀ ਹੋਰ ਮਹਾਨ ਪੰਜਾਬ ਦੇ ਜਿਹੜੇ ਯੋਧੇ ਸਨ, ਹਾਂਜੀ, ਦੱਸ ਦਿੱਤਾ ਵੀ ਤੁਹਾਡੇ ਕਾਨੂੰਨ ਦੇ ਮੁਤਾਬਕ ਅਸੀਂ ਨਹੀਂ ਜੀਣਾ, ਸਾਡਾ ਕਾਨੂੰਨ ਚੱਲਣਾ ਹੈ, ਸਾਡੀ ਧਰਤੀ ਹੈ। ਸੁਪਰੀਮ ਕੋਰਟ ਸਖ਼ਤ ਹੋਇਆ ਹੈ ਦੇਸ਼ ਧਰੋਹ ਕਾਨੂੰਨ ਦੇ ਮਾਮਲੇ ਦੇ ਵਿੱਚ। ਕੇਂਦਰ ਦਾ ਅੱਜ ਤੱਕ ਜਵਾਬ ਨਹੀਂ ਆਇਆ, ਪੜ੍ਹ ਰਿਹਾ ਸੀ ਖ਼ਬਰ, ਪੂਰੀ ਲੰਬੀ ਚੌੜੀ ਡਿਟੇਲ ਦੇ ਵਿੱਚ ਹੈ। ਪਤਾ ਲੱਗਾ ਕਿ 11 ਮਈ ਤੱਕ ਦਾ ਸਮਾਂ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਨੇ ਆਖਿਰ ਸੁਪਰੀਮ ਕੋਰਟ ਨੇ, ਕੀ ਕਹਿਣਾ ਚਾਹੋ? ਹਾਂ, ਚਾਵਲਾ ਸਾਹਿਬ, ਅਸਲ ਵਿੱਚ ਨਾ ਦਿੱਲੀ ਨਾ ਲਗਾਤਾਰ ਦੇਸ਼ ਧਰੋਹ ਦੇ ਕਾਨੂੰਨ ਉੱਤੇ ਨਾ ਸੁਪਰੀਮ ਕੋਰਟ ਕੁੱਝ ਨਾ ਕੁੱਝ ਕਰ ਰਹੀ ਆ। ਐਨਵੀ ਰਮੰਨਾ ਚੀਫ ਜਸਟਿਸ ਹੈਗੇ ਆ, ਤੇ ਉਹ ਉਹਨਾਂ ਦਾ ਬੈਂਚ ਹੈਗਾ, ਉਹਨਾਂ ਦੇ ਪ੍ਰਧਾਨਗੀ ਵਿੱਚ ਚੱਲ ਰਿਹਾ, ਤੇ ਉਹਨਾਂ ਨੇ ਡੇਲੀ ਕੋਈ ਨਾ ਕੋਈ ਗੱਲ ਕਰ ਰਿਹਾ, ਤੇ ਕੱਲ ਵੀ ਗੱਲ ਹੋਈ ਸੀ, ਪਰਸੋਂ ਵੀ ਗੱਲ ਹੋਈ ਆ। ਕੱਲ ਉਹਨਾਂ ਨੇ ਕਿਹਾ ਕਿ ਤੁਸੀਂ ਆਪਣਾ ਹਲਫਨਾਮਾ ਨਹੀਂ ਦਾਇਰ ਕੀਤਾ ਅਜੇ ਤੱਕ, ਤੁਸੀਂ ਕਹਿੰਦੇ ਹੋ ਵੀ ਕਾਨੂੰਨ ਜਿਹੜਾ ਹੈਗਾ ਅਸੀਂ ਵਾਪਸ ਲੈ ਲਾਂਗੇ, ਅਸੀਂ ਵਿਚਾਰ ਕਰ ਲਾਂਗੇ, ਕਿਹੜੀ ਵਿਚਾਰ ਕਰੋਗੇ ਤੁਸੀਂ? ਮਤਲਬ ਕਿ ਬੜੀ ਕਮਾਲ ਦੀ ਗੱਲ ਕਹੀ ਆ ਸੁਪਰੀਮ ਕੋਰਟ ਨੇ, ਮਾਨਯੋਗ ਸੁਪਰੀਮ ਕੋਰਟ ਨੇ। ਉਹ ਕਹਿੰਦੇ ਆ ਕਿ ਠੀਕ ਆ, ਤੁਸੀਂ ਇਸ ਧਾਰਾ ਨੂੰ ਮਨਸੂਖ ਕਰਨ ਦੀ ਗੱਲ ਕਰ ਰਹੇ, ਪਰ ਜਦੋਂ ਤੱਕ ਮਨਸੂਖ ਨਹੀਂ ਹੁੰਦੀ ਧਾਰਾ, ਜਦੋਂ ਤੱਕ ਤੁਸੀਂ ਧਾਰਾ ਖਤਮ ਨਹੀਂ ਕਰ ਦਿੰਦੇ, ਉਦੋਂ ਤੱਕ ਕੀ ਸਥਿਤੀ ਆ ਇਸ ਕੇਸ ਦੀ? ਜਿਹੜੇ ਬੰਦੇ ਇਸ ਕੇਸ ਵਿੱਚ ਅੰਦਰ ਕੀਤੇ ਹੋਏ ਆ ਉਹਨਾਂ ਦੀ ਸਥਿਤੀ ਕੀ ਆ? ਜਿਹੜੇ ਇਸ ਕੇਸ ਦੇ ਵਿੱਚ ਤੁਸੀਂ ਜਿਹੜੇ ਕੇਸ ਚੱਲ ਰਹੇ ਨੇ ਅੰਡਰ ਟ੍ਰਾਇਲ ਨੇ ਕੋਰਟ ਦੇ ਵਿੱਚ, ਉਹਦੀ ਸਥਿਤੀ ਕੀ ਆ? ਤੁਸੀਂ ਇਹਨੂੰ ਕਿਵੇਂ ਰੱਖੋਗੇ? ਜਿਹੜੇ ਅੱਗੇ ਕੇਸ ਦਰਜ ਤੁਸੀਂ ਨਹੀਂ ਕਰੋਗੇ, ਇਹ ਤੁਸੀਂ ਵਾਅਦਾ ਕਿੱਦਾਂ ਕਰੋਗੇ? ਬੜੇ ਬੜੀ ਕਮਾਲ ਦੀ ਗੱਲ ਹੈ ਵੀ ਤੁਸੀਂ ਜਦ ਤੱਕ ਕਰਕੇ ਮਾਨਯੋਗ ਸੁਪਰੀਮ ਕੋਰਟ ਵਿੱਚ ਕੇਸ ਦਾਇਰ ਕੀਤਾ ਹੋਇਆ, ਕੇਸ ਚੱਲ ਰਿਹਾ, ਸੁਣਵਾਈ ਚੱਲ ਰਹੀ ਆ, ਉਦੋਂ ਤੱਕ ਤੁਹਾਨੂੰ ਤੁਹਾਡੇ ਪਹਿਲਾਂ ਦਰਜ ਕੀਤੇ ਹੋਏ ਕੇਸਾਂ ਨੂੰ ਸਟੈਂਡ ਬਾਈ ਕਰਨਾ ਚਾਹੀਦਾ, ਇੱਕ ਪਾਸੇ ਕਰਨਾ ਚਾਹੀਦਾ, ਉਹਨਾਂ ਦੇ ਉੱਪਰ ਕੋਈ ਕਾਰਵਾਈ ਕਰਨੀ ਚਾਹੀਦੀ। ਜਦ ਤੱਕ ਸੁਪਰੀਮ ਕੋਰਟ 'ਚ ਕਾਰਵਾਈ ਚੱਲ ਰਹੀ ਹੈ, ਬੜਾ ਵੱਡਾ, ਬੜੀ ਵੱਡੀ ਟਿੱਪਣੀ ਆ ਇਹ। ਕਰਕੇ ਹੁਣ ਤੱਕ ਤਾਂ ਮਤਲਬ ਬਹੁਤ ਜ਼ਿਆਦਾ ਬਰਦਲਾ ਰਾਓ ਵਰਗੇ ਬੰਦੇ ਦੇਸ਼ ਤੋਂ ਕੇਸ 'ਚ ਅੰਦਰ ਬੈਠੇ ਆ, ਜਿਹੜੇ ਜਮਾਨਤ ਤੱਕ ਨਹੀਂ ਹੋ ਰਹੀ ਉਹਨਾਂ ਦੀ, ਤੇ ਬਜ਼ੁਰਗ ਬੰਦੇ ਹੈਗੇ ਆ ਉਹ, ਤੇ ਏਦਾਂ ਬਹੁਤ ਸਾਰੇ ਹੋਰ ਜਿਹੜੇ ਬੰਦੇ ਮੁਸਲਮਾਨ ਹੈਗੇ ਆ ਉਹ ਅੰਦਰ ਬੰਦ ਕੀਤੇ ਹੋਏ ਆ, ਤੇ ਉਹ ਸੁਪਰੀਮ ਕੋਰਟ ਕਹਿੰਦੀ ਹੈ ਦੱਸੋ ਤੁਸੀਂ ਕਿਵੇਂ ਕਰ ਰਹੇ ਹੋ? ਅਜੇ ਤੱਕ ਜਵਾਬ ਨਹੀਂ ਆਇਆ ਸੁਪਰੀਮ ਕੋਰਟ ਕੋਲੇ। 11 ਮਈ ਦੇ ਜੇ ਅੱਜ ਭਾਰਤੀ ਡੇਟ ਅਨੁਸਾਰ ਅੱਜ ਉਹਨਾਂ ਦਾ ਸਮਾਂ ਹੈ, ਅੱਜ ਜਵਾਬ ਦੇਣਗੇ ਉਹ ਜਿਹੜੇ ਕਿ ਕੇਂਦਰ ਸਰਕਾਰ ਵਾਲੇ ਆ, ਦੇਖੋ ਕੀ ਜਵਾਬ ਦਿੰਦੇ। ਬੜੀ ਸਖ਼ਤ ਹੋਈ ਆ ਇਸ ਮੁੱਦੇ ਤੇ ਨਾ ਸੁਪਰੀਮ ਕੋਰਟ। ਅਸੀਂ ਤੁਸੀਂ ਕਿੰਨੇ ਪੁਰਾਣਾ ਇੰਨੀ ਦੂਰ ਦਾ ਇਹ ਦੂਰੋਂ ਜਗ ਦੂਰੋਂ ਕੇਸ ਚੱਲ ਰਿਹਾ, ਕੇਸ ਆਜ਼ਾਦ ਹੋਏ ਨੂੰ ਕਿੰਨਾ ਸਮਾਂ ਹੋ ਗਿਆ, ਤੇ ਜਿੱਥੇ ਕਾਰਵਾਈ ਕੀਤੀ ਆ ਐਡੀਟਰ ਗਿਲਡ ਨੇ, ਭਾਰਤ ਦੇ ਵਿੱਚ ਜਿਹੜੇ ਵੱਡੇ ਅਖਬਾਰ ਛਪਦੇ ਆ ਉਹਨਾਂ ਦੇ ਸੰਪਾਦਕ ਐਡੀਟਰ ਹੈਗੇ ਆ, ਮੁੱਖ ਸੰਪਾਦਕ ਹੈਗੇ, ਉਹਨਾਂ ਵੱਲੋਂ ਇੱਕ ਸੰਸਥਾ ਬਣਾਈ ਹੋਈ ਆ ਐਡੀਟਰ ਗਿਲਡ, ਉਸ ਵੱਲੋਂ ਕੇਸ ਦਾਇਰ ਕੀਤਾ, ਕਤਲ ਸਿਫਤ ਕੇਸ ਲੜ ਰਿਹਾ ਚਾਵਲਾ ਸਾਹਿਬ। ਮਹਿਬੂਬਾ ਮੁਫਤੀ ਦਾ ਇੱਕ ਬਿਆਨ ਆ ਬੜਾ ਚਰਚਾ ਦੇ ਵਿੱਚ, ਜਦੋਂ ਅਸੀਂ ਅਖਬਾਰਾਂ ਪੜ੍ਹਦੇ ਹਾਂ, ਅਖਬਾਰਾਂ ਫਰੋਲਦੇ ਹਾਂ, ਸਾਡੀ ਜਿਹੜੀ ਇਸ ਵਕਤ ਭਾਰਤ ਦੀ ਸਥਿਤੀ ਹੈ, ਉੱਥੇ ਨੌਜਵਾਨਾਂ ਦੇ ਵਿੱਚ ਜਿਹੜਾ ਜ਼ਹਿਰ ਭਰਿਆ ਜਾ ਰਿਹਾ, ਖਾਸ ਤੌਰ 'ਤੇ ਇੱਕ ਵਰਗ ਦੇ ਵਿੱਚ, ਦੂਜੇ ਵਰਗ ਦੇ ਖਿਲਾਫ਼, ਦੂਜੇ ਵਰਗ ਦੇ ਖਿਲਾਫ਼, ਦੂਜੇ ਵਰਗ ਦੇ ਖਿਲਾਫ਼, ਇਹ ਜਿਹੜੀਆਂ ਹੱਥਾਂ ਨਾਲ ਦਿੱਤੀਆਂ ਹੋਈਆਂ ਗੰਢਾਂ ਸਾਡੇ ਦੇਸ਼ ਦੇ ਨੇਤਾਵਾਂ ਨੂੰ ਦੰਦਾਂ ਨਾਲ ਖੋਲ੍ਹਣੀਆਂ ਪੈਣਗੀਆਂ ਜੇ ਨਾ ਸੁਧਰੇ ਤਾਂ। ਮਹਿਬੂਬਾ ਮੁਫਤੀ ਦਾ ਜਿਹੜਾ ਬਿਆਨ ਹੈ ਬੜਾ ਧਿਆਨ ਮੰਗਦਾ ਹੈ। ਕੇਂਦਰ ਸਰਕਾਰ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਦੀ ਥਾਂ ਹਿੰਦੂਆਂ ਨੂੰ ਮੁਸਲਮਾਨਾਂ ਦੇ ਪਿੱਛੇ ਲਗਾ ਰਹੀ, ਜਿਹੜਾ ਅਗਲਾ ਸਵਾਲ ਹੈ ਹੋਰ ਵੀ ਬੜਾ ਇਹਦੇ 'ਤੇ ਮੋਹਰ ਲਾਉਂਦਾ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਦਿੱਲੀ ਇਕਾਈ ਦੇ ਆਦੇਸ਼ ਗੁਪਤਾ, ਹੁਣ ਜਦੋਂ ਇਹ ਬੋਲਦੇ ਨੇ, ਜਦੋਂ ਕੋਈ ਛਪ ਜਾਂਦਾ ਉਦੋਂ ਅਸੀਂ ਉਹ ਗੱਲ ਕਰਾਂਗੇ, ਨਹੀਂ ਤਾਂ ਆਦੇਸ਼ ਗੁਪਤਾ ਕੌਣ ਹੈ, ਦਿੱਲੀ ਇਕਾਈ ਦੇ ਪ੍ਰਧਾਨ, ਅਸੀਂ ਉਹਦੇ ਬਾਰੇ ਪਹਿਲਾਂ ਕਦੇ ਗੱਲ ਨਹੀਂ ਕੀਤੀ, ਅੱਜ ਇਸ ਕਰਕੇ ਗੱਲ ਬਣ ਰਹੀ ਹੈ। ਉਹਨੇ ਕਿਹਾ ਇਹ ਮਹਿਬੂਬਾ ਮੁਫਤੀ ਦੀ ਗੱਲ 'ਤੇ ਮੋਹਰ ਲੱਗ ਰਹੀ,
ਮੁਸਲਮਾਨਾਂ ਦੇ ਨਾਮ ਤੇ ਸੜਕਾਂ ਦੀ ਨਾਂ ਬਦਲੇ ਜਾਣ, ਜਿਹੜੇ ਵੀ ਨਾਮ ਮੁਸਲਮਾਨਾਂ ਦੇ ਨਾਂ ਦੇ ਸੜਕਾਂ ਰੱਖੀਆਂ ਹੋਈਆਂ ਨੇ ਪੁਰਾਣੀਆਂ, ਹਨਾ, ਉਹਨਾਂ ਦੇ ਨਾਂ ਬਦਲ ਦਿਓ। ਕੀ ਕਹਿਣਾ ਚਾਹੋਗੇ ਚਾਵਲਾ ਸਾਹਿਬ? ਮਹਿਬੂਬਾ ਮੁਫਤੀ ਜਿਹੜੀ ਹੈਗੀ ਆ ਕੱਲ ਬੋਲੀ ਹੈਗੀ ਆ ਕਾਫੀ, ਖੈਰ ਉਹ ਜਦੋਂ ਬੋਲਦੀ ਆ ਠੀਕ ਬੋਲਦੀ ਆ, ਗਲਤ ਬੋਲਦੀ ਆ, ਪਰ ਆਪਣਾ ਪੱਖ ਰੱਖਦੀ ਆ। ਉਹਨੇ ਕਿਹਾ ਕਿ ਭਾਰਤ ਵਿੱਚ ਬੇਰੁਜ਼ਗਾਰੀ, ਭਾਰਤ ਵਿੱਚ ਅਸਥਿਰਤਾ ਫੈਲ ਰਹੀ ਆ, ਭਾਰਤ ਵਿੱਚ ਮਹਿੰਗਾਈ ਆ, ਭਾਰਤ ਵਿੱਚ ਬੜੇ ਖਤਰਨਾਕ ਮੁੱਦੇ ਚੱਲ ਰਹੇ ਨੇ ਜਿਹੜੇ ਕਿ ਦੇਸ਼ ਨੂੰ ਬਰਬਾਦ ਕਰਨ ਲਿਜਾ ਰਹੇ ਨੇ। ਉਹਨਾਂ ਵੱਲ ਜਾਣ ਦੀ ਬਜਾਏ ਭਾਰਤ ਸਰਕਾਰ ਹਿੰਦੂਆਂ ਨੂੰ ਮੁਸਲਮਾਨਾਂ ਦਾ ਪਿੱਛਾ ਕਰਨ ਆ ਰਹੀ ਹੈ। ਤੁਸੀਂ ਇਹਨਾਂ ਦੇ ਪਿੱਛੇ ਲੱਗੇ ਰਹੋ, ਕੋਈ ਮੁਸਲਮਾਨ ਦੇ ਖਿਲਾਫ਼ ਕੁੱਝ ਬੋਲ ਰਿਹਾ, ਕਦੇ ਕੋਈ ਕੁਛ ਬੋਲ ਰਿਹਾ, ਕੁਛ ਬੋਲ ਰਿਹਾ, ਇਹ ਬੰਦ ਹੋਣਾ ਚਾਹੀਦਾ। ਮੈਨੂੰ ਤਾਂ ਕਹਿੰਦੀ ਆ ਵੀ ਇਹ ਲਗਾਤਾਰ ਨਹੀਂ ਚੱਲਣਾ ਚਾਹੀਦਾ, ਕਿਉਂਕਿ ਦੇਸ਼ ਦੇ ਲਈ ਘਾਤਕ ਹੈ ਇਹ। ਭਾਰਤ ਜਿਹੜਾ ਹੈਗਾ ਉਹ ਸਰਵ ਧਰਮ ਸੰਗਮ ਦੇਸ਼ ਹੈ। ਤੁਸੀਂ ਗੱਲ ਕੀਤੀ ਅਗਲੀ ਕਿ ਭਾਰਤੀ ਜਨਤਾ ਪਾਰਟੀ ਦਿੱਲੀ ਇਕਾਈ ਦੇ ਜਿਹੜੇ ਪ੍ਰਧਾਨ ਹੈਗੇ ਆਦੇਸ਼ ਗੁਪਤਾ ਨੇ ਕਿਹਾ ਕਿ ਸੜਕਾਂ ਦੇ ਨਾਮ ਬਦਲੇ ਜਾਣ। ਹੁਣ ਉਹਨਾਂ ਨੇ ਕੀ ਸੜਕਾਂ ਦੇ ਨਾਮ ਕੀ ਰੱਖਣ ਦਾ ਕਿਹਾ ਉਹਨਾਂ ਨੇ? ਚਾਵਲਾ ਸਾਹਿਬ, ਬੜੀ ਕਮਾਲ ਦੀ ਗੱਲ ਹੈ। ਤੁਗਲਕ, ਹੁਣ ਸਿੱਖਾਂ ਨੂੰ ਨਾਲ ਜੋੜਨ ਦੀ ਗੱਲ ਦੇਖੋ, ਤੁਗਲਕ ਰੋਡ ਦਾ ਨਾਮ ਗੁਰੂ ਗੋਬਿੰਦ ਸਿੰਘ ਮਾਰਗ ਦੇ ਨਾਂ ਤੇ ਰੱਖਣ ਵਾਸਤੇ ਕਿਹਾ ਉਹਨਾਂ। ਅਕਬਰ ਰੋਡ ਦਾ ਨਾਂ ਮਹਾਰਾਣਾ ਪ੍ਰਤਾਪ ਸਿੰਘ ਦੇ ਜਿਹੜੇ ਉਹ ਰਾਣੇ ਨੇ ਉਹ ਵੀ ਨਾਲ ਗੁੱਸੇ ਹੋ ਜਾਣਾ। ਔਰੰਗਜ਼ੇਬ ਰੋਡ ਦਾ ਨਾਮ ਅਬਦੁਲ ਕਲਾਮ, ਜਿਹਦਾ ਕਿ ਰਾਸ਼ਟਰਪਤੀ ਹੋਇਆ, ਵੀ ਦੇਖੋ ਉਹ ਉੱਧਰ ਹੀ ਮੁਸਲਮਾਨ ਹੀ ਆ ਪਰ ਰਾਸ਼ਟਰਪਤੀ ਆ, ਕਿਉਂਕਿ ਮੁਸਲਮਾਨ ਦਾ ਗੁੱਸਾ ਹੋਣ। ਔਰੰਗਜ਼ੇਬ ਰੋਡ ਦਾ ਨਾਮ ਅਬਦੁਲ ਕਲਾਮ, ਹਮਾਯੂ ਰੋਡ ਦਾ ਨਾਮ ਮਹਾਰਿਸ਼ੀ ਵਾਲਮੀਕ, ਇਹ ਭਾਈਚਾਰਾ ਨੂੰ ਗੁੱਸੇ ਨਾ ਹੋਵੇ, ਜਿਹਦਾ ਕਿ ਗਲਤ ਭਾਈਚਾਰਾ ਹੈਗਾ, ਇਧਰਲੇ ਪਾਸੇ ਵੀ ਨਾ ਕੋਈ ਗੁੱਸਾ ਹੋਵੇ। ਮਹਾਰਿਸ਼ੀ ਵਾਲਮੀਕ ਨਾਂ ਰੋਡ ਦੇ ਨਾਂ ਤੇ ਇਹਨਾਂ ਨੇ ਕਿਹਾ ਵੀ ਇਹ ਰੱਖਿਆ ਜਾਵੇ ਇਹਨੂੰ। ਤੇ ਹੁਣ ਵੱਡੀ ਗੱਲ ਚਾਵਲਾ ਸਾਹਿਬ ਇਹ ਆ ਕਿ ਇੱਕ ਨਾ ਕੁਤਬ ਮਿਨਾਰ ਹੈਗੀ ਆ ਭਾਰਤ ਵਿੱਚ, ਤੁਹਾਨੂੰ ਪਤਾ ਕੁਤਬ ਮਿਨਾਰ ਦਾ ਨਾਂ ਵੀ ਇਹਨਾਂ ਨੇ ਬਦਲ ਕੇ ਵਿਸ਼ਨੂੰ ਸਤੰਭ ਰੱਖਣ ਵਾਸਤੇ ਕਹਿਤਾ ਜੀ। ਹੁਣ ਇੱਥੇ ਸਵਾਲ ਪੈਦਾ ਹੁੰਦਾ ਕਿ ਵਿਸ਼ਨੂੰ ਸਤੰਭ ਹੁੰਦਾ ਇੱਕ ਉੱਚਾ ਥਾਂ ਉੱਚੀ ਜਗ੍ਹਾ, ਹੁਣ ਕੁਤਬ ਮਿਨਾਰ ਤੇ ਕੁਤਬਦੀਨ ਨੇ ਬਣਾਇਆ ਔਰ ਕਿਹੜੇ ਸਨ ਦੇ ਵਿੱਚ ਬਣਾਇਆ, ਕਿਵੇਂ ਬਣਾਇਆ, ਕਿੰਨੇ ਚਿਰ 'ਚੋਂ ਬਣ ਕੇ ਤਿਆਰ ਹੋਇਆ, ਉਹ ਤਾਂ ਇੱਕ ਹਿਸਟਰੀ ਹੈ। ਹਾਂਜੀ, ਔਰ ਕੁਤਬਦੀਨ ਦੀ ਜਿਹੜੀ ਦੇਣ ਬੜੀ ਵੱਡੀ ਹੈ, ਉਹ ਤੱਕ ਬਹੁਤ ਵੱਡਾ ਮਤਲਬ ਸ਼ਾਸਕ ਹੋਇਆ, ਹੁਣ ਉਸ ਨੂੰ ਕਿਵੇਂ ਹਿਸਟਰੀ 'ਚੋਂ ਮਿਟਾ ਦਿੱਤਾ ਜਾਵੇਗਾ? ਕੁਤਬ ਮਿਨਾਰ ਦਾ ਨਾਮ ਵਿਸ਼ਨੂੰ ਸਤੰਭ, ਮੈਨੂੰ ਕੋਈ ਇਤਰਾਜ਼ ਨਹੀਂ, ਪਰ ਵਿਸ਼ਨੂੰ ਜੀ ਦੇ ਨਾਲ ਕਿਉਂ ਜੋੜ ਕੇ ਇਸ ਨੂੰ ਰੱਖਿਆ ਜਾ ਰਿਹਾ? ਵਿਸ਼ਨੂੰ ਸਤੰਭ ਕਿੱਥੋਂ ਉਹਨਾਂ ਨੇ, ਇਹਦੇ ਵਿੱਚ ਤੱਕ ਵਿਸ਼ਨੂੰ ਜੀ ਦਾ ਕੋਈ ਹੈ, ਕੋਈ ਜਿਕਰ ਕੋ ਆਉਂਦਾ ਕਿ ਉਹਨਾਂ ਨੇ ਬਣਾਇਆ ਜਾਂ ਉਸ ਵੇਲੇ ਦਾ ਬਣਿਆ? ਨਹੀਂ ਨਹੀਂ, ਕੋਈ ਲੋੜ ਨਹੀਂ ਹੈ ਬਣਾਉਣ ਦੀ, ਸਬੂਤ ਕਰਨ ਸਾਫ ਲੋੜ ਨਹੀਂ ਹੈਗੀ, ਸਾਫ ਸਾਨੂੰ ਲੋੜ ਨਹੀਂ ਕਰਨ ਦੀ ਕਿ ਉੱਥੇ ਮਸਜਿਦ ਢਾਈ ਸੀ ਕਦੋਂ, ਰਾਮ ਮੰਦਿਰ ਕਦੋਂ ਸੀਗਾ ਉੱਥੇ, ਪਰ ਕੋਰਟ ਨੇ ਸਾਫ ਦਾ ਫੈਸਲਾ ਵੀ ਹਾਂ ਜੀ ਇੱਥੇ ਦੱਸੋ ਤੁਸੀਂ ਮਸਜਿਦ ਢਾ ਦਿਓ ਤੇ ਇੱਥੇ ਮੰਦਿਰ ਬਣਾ ਦਿਓ, ਕੋਈ ਲੋੜ ਨਹੀਂ। ਮਤਲਬ ਕਿ ਵੀ ਜਿਹੜੀ 500 ਜਿਹੜੀ 30 ਸਾਲ ਪਹਿਲਾਂ 32 ਸਾਲ ਪਹਿਲਾਂ ਘਟਨਾ ਹੋਈ ਸੀਗੀ ਮਸਜਿਦ ਢਾਈ ਸੀ, ਉਹਦੇ ਸਬੂਤ ਤਾਂ ਮਿਲੇ ਨੀ ਕੋਰਟ ਕੋਲ, ਸਬੂਤ ਪਹੁੰਚੇ ਮੇਰੇ ਜਿਹੜੇ 500 ਸਾਲ ਪੁਰਾਣੀ 600 ਸਾਲ ਪੁਰਾਣੀ ਜਿਹੜਾ ਰਾਮ ਮੰਦਿਰ ਢਾਇਆ ਸੀਗਾ ਉਹ ਸਬੂਤ ਮਿਲ ਗਏ ਸੀਗੇ ਕਿ ਇੱਥੇ ਰਾਮ ਮੰਦਿਰ ਸੀਗਾ, ਇੱਥੇ ਕੁਛ ਨੀ। ਸ਼ਾਹਜਹਾਂ ਰੋਡ ਦਾ ਨਾਮ ਰੱਖਣ ਵਾਸਤੇ ਕਿਹਾ ਜਨਰਲ ਬਿਪਿਨ ਸਿੰਘ ਰਾਵਤ ਰੋਡ, ਜਿਹੜਾ CDS ਬਣਾਇਆ ਸੀ ਪਹਿਲਾਂ, ਪਰ ਏਦਾਂ ਦਾ ਚੱਲ ਰਿਹਾ ਜੀ ਆਪਣਾ ਮਹਿਬੂਬਾ ਮੁਫਤੀ। ਫਿਰ ਕਹਿ ਦਿੰਦੇ ਨਾ ਜੀ ਆਪਣਾ ਜਿਹੜੇ ਕੁਛ ਭਰਾ ਆਪਣੇ ਹੈਗੇ ਆ ਜਿਹੜੇ ਇਹ ਸੋਚਦੇ ਹੁੰਦੇ ਆ ਵੀ ਅਸੀਂ ਸ਼ਾਇਦ ਹਿੰਦੂਆਂ ਦੇ ਜਾਂ ਅਸੀਂ ਹਿੰਦੂਆਂ ਦੇ ਖਿਲਾਫ਼ ਨਿਕਲ ਵੀ ਨਹੀਂ ਹੈਗੇ, ਤੇ ਅਸੀਂ ਇਸ ਗੱਲ ਨੂੰ ਨਹੀਂ। ਇਹਦੇ ਵਿੱਚ ਤਾਂ ਜਿਹੜਾ ਇਹਦੇ ਵਿੱਚ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਤੁਸੀਂ, ਮੈਂ ਰੀਸੈਂਟਲੀ ਲਖਨਊ ਜਾ ਕੇ ਆਇਆ, ਬਨਾਰਸ ਵੀ ਜਾ ਕੇ ਆਇਆ, ਰਾਈਟ, ਅੰਜੂ ਜੀ ਦੇ ਨਗਰ ਵੀ ਜਾ ਕੇ ਆਇਆ। ਲਖਨਊ 4 ਕੁ ਦਿਨ ਰੁਕਣ ਦਾ ਮੌਕਾ ਮਿਲਿਆ, ਉੱਥੇ ਜਿਹੜਾ ਡਰਾਈਵਰ ਸੀ ਉਹ ਕੁਦਰਤੀ ਜਿਹੜਾ ਸੀ ਉਹ ਮੁਸਲਮਾਨ ਸੀਗਾ। ਹਾਂਜੀ, ਨਾ ਉਹਨੇ ਜਦੋਂ ਦੱਸਿਆ, ਮੈਂ ਉਹਨੂੰ ਉਹਦਾ ਹਾਲ ਚਾਲ ਪੁੱਛਿਆ, ਮੈਂ ਕਿਹਾ ਯਾਰ ਅਸੀਂ ਸੁਣਦੇ ਹਾਂ ਕਿ ਹਾਲਾਤ ਇੱਥੇ ਜਿਹੜੇ ਨੇ ਹਿੰਦੂ ਮੁਸਲਮਾਨਾਂ ਦੇ ਵਿੱਚ ਬਹੁਤ ਜ਼ਿਆਦਾ ਕੁੜੱਤਨ ਹੈ, ਹੈ ਨਾ? ਅਤੇ ਉਹਨੇ ਕਿਹਾ ਨਹੀਂ ਜੀ, ਇਹੋ ਜਿਹੀ ਕੁੜੱਤਨ ਨਹੀਂ ਹੈਗੀ, ਹਾਲਾਂਕਿ ਮੇਰਾ ਨਾਂ ਪੁੱਛ ਕੇ ਉਹਨੇ ਇਹ ਉਹਨੂੰ ਪਤਾ ਸੀਗਾ ਕਿ ਮੈਂ ਸ੍ਰੀ ਅੰਮ੍ਰਿਤਸਰ ਤੋਂ ਆਇਆ, ਕਿਉਂਕਿ ਜਦੋਂ ਗੱਲਬਾਤ ਹੁੰਦੀ ਹੈ ਅਤੇ ਉਹ ਗੋਲਡਨ ਟੈਂਪਲ ਬਾਰੇ ਜਾਣਦਾ ਸੀ, ਇੱਕ ਦੋ ਵਾਰੀ ਕਹਿੰਦਾ ਮੈਂ ਵਿਜਿਟ ਕੀਤਾ ਉੱਥੇ, ਉਹਦੇ ਬਾਰੇ ਬੜਾ ਅੱਛਾ ਉਹਨੂੰ ਲੱਗਾ ਗੱਲ ਕਰਨ। ਮੈਨੂੰ ਕਹਿੰਦਾ ਕਿ ਕੋਈ ਇਹੋ ਜਿਹੀ ਗੱਲ ਨਹੀਂ, ਕੁਝ ਲੋਕ ਵਿਹਲੇ ਲੋਕ ਜਿਹੜੇ ਨੇ, ਵਿਹਲੇ ਅੰਸਰ ਜਿਨ੍ਹਾਂ ਨੂੰ ਕੋਈ ਕੰਮ ਨਹੀਂ ਹੈਗਾ, ਉਹ ਕੁਝ ਲੋਕ ਜਿਹੜੇ ਫਿਰਕਾ ਪ੍ਰਸਤ ਦੀ ਆੜ ਹੇਠ ਜਿਹੜੇ ਨੇਤਾ ਲੋਕ ਨੇ, ਉਹਨਾਂ ਦੇ ਮਤਲਬ ਖਾਣ ਪੀਣ ਵਾਸਤੇ ਜਿਹੜੇ ਉਹਨਾਂ ਨੂੰ ਮਿਲ ਜਾਂਦਾ, ਉਹ ਜਿਹੜਾ ਹੈ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਨੇ। ਉਹਨੇ ਇਹ ਵੀ ਦੱਸਿਆ ਕਿ ਮੇਰਾ ਜਿਹੜਾ ਬੌਸ ਹੈ ਜਿਹਦੀ ਮੈਂ ਗੱਡੀ ਚਲਾਉਂਦਾ ਵਾਂ, ਉਹ ਪੰਡਿਤ ਹੈ। ਹਾਂਜੀ, ਪੰਡਿਤ ਹੈ, ਮੇਰੀ ਗੱਲਬਾਤ ਵੀ ਉਹਦੇ ਨਾਲ ਹੋਈ, ਕਿਉਂਕਿ ਉਹ ਲੇਟ ਹੋ ਗਿਆ, ਉਹਨਾਂ ਨੇ ਮੈਨੂੰ ਦਿੱਤਾ ਨੰਬਰ ਵੀ ਤੁਸੀਂ ਇਹ 'ਤੇ ਗੱਲ ਕਰ ਸਕਦੇ, ਉਹ ਪੰਡਿਤ ਹੈ, ਮੇਰੇ ਘਰੇ ਆਉਂਦਾ, ਮੈਂ ਉਹਦੇ ਘਰੇ ਜਾਂਦਾ, ਅਸੀਂ ਪੂਰਾ ਇੱਕ ਦੂਜੇ ਨਾਲ ਮਾਣ ਸਨਮਾਨ, ਇੱਕ 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 ਤਬਕਾ ਇੱਥੇ ਹੁੰਦਾ, ਇੱਕ ਤਬਕਾ ਇੱਥੇ ਹੁੰਦਾ, ਇੱਥੇ ਵਾਲੇ ਨੂੰ ਲੋਕ ਵਰਤ ਲੈਂਦੇ ਨੇ,
उत्ते मीडिया बलदी ते तेल पा दिंदा है। हाँ जी, सो इस करके मतलब लोगों के उत्थे मैं कुछ वेख्या भी है, क्योंकि लखनऊ वर्गे शहर के मैं उत्थे रहा वहाँ, उत्थे वेख के आया, तीन चार दिन रहने का मौका मिले, गलबात करने का मौका मिले। वो कहते साडा आपसी प्यार है, बहुता नहीं हैगा, पर कई थावां ते साडे लोग भी गलत आ, ते मतलब दूजे पासे जिहड़े फूक देण वाले नेता ने उहनां दा राज है। हाँ जी, उहनां दी चलदी है, वो करते हैं थोड़ा बहुत, तो लोग जो नौजवान जोड़े गुमराह हुए हैं, मतलब आपसी जेकर किसी वर्ग के वेखिए तो इन्नी मतलब वो है नहीं गी, मतलब कि कड़त्तन जी, पर जिनी भरी जा रही है माड़ी है। पंजाब आ जाइए, पंजाब के मुंडिया के बच्चा पैदा करन दी शक्ति घट गई है। जहदर श्री अकाल तख्त साहब ने चिंता जताई है, ये चिंता तो उन्होंने दो तीन दिन की है, पर जिम्मेवार कौन है, इसलिए जिम्मेवार किनू मानते हैं, की कहना चाहोगे? चिंता तो खैर हाँ दो तीन दिन चल सर, पर जी गल ना चर्चा जो हो रही है ना जी, वो एक अखबार ने बड़ी संपादकी लिखी है इस मुद्दे के उत्ते, उसने अपनी संपादकी के काफी कुछ जाहिर करने की कोशिश की है। जहदर अकाल तख्त साहब का बयान का जिक्र करके, चिंता का जिक्र करके भेजो जरा, मैं सॉरी टू इंटरप्ट यू, मैं आर्टिकल जो हमने भेज सकते हो तो अज ही आप लाइन अप कर लिए, पीडीएफ फाइल भेजो, मैं तेन हूँ ही भेज देना जी, कोई गल नहीं, पहले तुसीं गल कर लो अपनी, है ना, कोई गल नहीं। तो यह ना जी अपना जिहड़ा हैगा, उन्होंने कहा कि पंजाब दे विच ना जी जिहड़े आईवीएफ सेंटर हैगे आ वो बहुत ज्यादा खुलन जा रहे, खुल गए बहुत सारे, कि असीं बाहरले सूबिआं तों जां बाहरले बंदिआं तों जां किसी होर बंदे दा सिमन लैके असीं औरतां दे अंदर रख रहे हां। ते इह उह नहीं, इक सवाल इह वी पैदा हुंदा कि जहेदार साहब नूं इह रिपोर्ट मिली कित्थों है, किन्ने दित्ती है, इह शब्द जहेदार साहब दे मूंह च किन्ने पाए ने, किसी माई भैन ने पाए ने, किस संस्था ने पाए ने, क्योंकि सर्वोच्च जिहड़े है वह पोजिशन दे उत्ते ने, श्री अकाल तख्त साहब मीरी पीरी दे मालक धन धन साहब श्री गुरु हरगोबिंद साहब जी नूं थापिया गया, उत्ते इक दुनियावी बंदा जो कार्यकारनी जथेदार है, जिहदियां कई गल्लां जिहड़ियां आपे ही वह कट मारदा है, ये लफ्ज़ उहदे मूँह च पाए कि ने, कित्थों आई रिपोर्ट उहदी, किवें आई रिपोर्ट उहदे कोल, किवें इह गल कहिंदे ने कि इह जिहड़े सीरम ने साडियां पंजाब दियां धीआं जिहड़ियां ने उह रखवा, इक मतलब इक बहुत वड्डा एलीगेशन है, कमाल का बहुत वड्डी गल है। तो असल चाह चावला साहब यही गल, इस गल का मैं खैर मनुख नहीं हो सकता, पंजाब के आईएएस जो सेंटर खुल रहे हैं, बहुत खुल रहे हैं, तो थां थां खुल रहे हैं, तो बड़िया मशहूरियां अच्कल मिल रही ने कि भाई बे औलाद निराश ना होवो जी, तुम साडे कोल आ सकते हो, असं हर पक्षों तुहाडी मदद करांगे। तो हुण इह अपने आप च ना दबी इह कहिंदे एक ना यह इधर जेकर आप तुरते हैं तो बड़ा इंज लगता कि यार असं साडे जिहड़े वारस है कितों लैके जा रहे हैं, आप पास ले जा रहे हैं, वह पार्टी कहती है कि पहला तो नशा है साढ़े, नशा बहुत हो गया, नशे ने सानू नपुंसकता बल वधाया, दूजी हैगी है शराब, वह भी नशा ही आई अपना नपुंसकता बल वधाई, तीजी हैगी है दौले बनाने वास्ते स्टीरॉइड, जो स्टीरॉइड वरत रहे हैं, पर दौले तो बना ले असं पर अंदरों शरीर खोखला हो गया, इस करके कहना पंजाब की जवानी जी है वह जा रही। वैसे गल्ला कॉमन ने, यह आम तौर पर पहला भी गल्ला होंदियां ने कि नशे बंदे नपुंसक बनाउंदे आ जी, नशे जिहड़े बंदा सीरज वरत रहा जी अपने आप दौले परे करन वास्ते, वह बंदा भी खत्म होंदा। मैं इत्थे ना फतेहगढ़ साहब साढ़े कोले जिहड़े डिस्ट्रिक्ट हैगा उत्थे दा मुंडा सी बड़ा तगड़ा कबड्डी दा खिलाड़ी सीगा, ते बड़ा जोशे वाला मुंडा सीगा, उहनूं हार्ट अटैक हो गया, हार्ट अटैक हो के उह चला गया। तो मतलब मैं सोचा जी आह बंदे जिहड़े बंदे सैर करदे आ ते जिहड़े बंदे जिम च रहिंदे आ हर टाइम, उहनां नूं वी हार्ट अटैक होण लग पए आ। ਪਿੱਛੇ ਜਦੋਂ ਪਤਾ ਲੱਗਿਆ ਜੀ ਪ੍ਰਤਾਪ ਸਾਹਮਣੇ ਆਈ ਤੇ ਉਹ ਅਸਲ ਸਟੀਰੋਇਡ ਲੈਂਦਾ ਸੀ, ਉਹ ਸਟੀਰੋਇਡ ਕਰਕੇ ਬਿਲਕੁਲ ਬਿਲਕੁਲ ਨੂੰ ਹਾਰਟ ਅਟੈਕ ਹੋਇਆ। ਇਹ ਹਾਰਟ ਅਟੈਕ ਇਦਾਂ ਹੋ ਰਹੇ ਨੇ ਚਾਵਲਾ ਸਾਹਿਬ। ਦੂਜੀ ਗੱਲ ਜਿਹੜਾ ਇਹ ਨਾ ਜਿਹੜੀ ਜਿਹੜੀ ਹੁਣ ਨਸ਼ੇ ਦੇ ਨਾਲ ਨਾ ਸਾਡੇ ਅੰਦਰ ਨਸ਼ਾ ਜਦੋਂ ਆਉਂਦਾ ਸਾਡੇ ਅੰਦਰ ਕਹਿੰਦੇ ਨਾ ਇੱਕ ਨਾ ਹੋਰ ਤਰ੍ਹਾਂ ਦਾ ਭਾਵਨਾ ਪੈਦਾ ਹੁੰਦੀ ਹੈ, ਗੈਰ ਜਿਹਨੂੰ ਕਹਿੰਦੇ ਗੈਰ ਸਮਾਜਿਕ, ਉਹ ਭਾਵਨਾ ਪੈਦਾ ਹੁੰਦੀ ਹੈ, ਤੇ ਬੰਦਾ ਨਾ ਆਪਣੇ ਨਿੱਜੀ ਜਿਹੜਾ ਕਿ ਉਹਦਾ ਉਹਦਾ ਕਰਮ ਹੈਗਾ ਉਹ ਕਰਮ ਕਰਨ ਦੀ ਬਜਾਏ ਕਿਤੇ ਹੋਰ ਭੱਜਦਾ। ਉਹ ਖੈਰ ਉਸ ਬਾਰੇ ਬੜੀ ਵੱਡੀ ਆ, ਤੁਸੀਂ ਪੜ੍ਹ ਲਿਓ, ਮੈਂ ਜੀ ਭੇਜ ਦੇਣਾ ਵਟਸਐਪ 'ਤੇ। ਅਤੇ ਪਰ ਇੱਕ ਗੱਲ ਹੈਗੀ ਆ ਵੀ ਜਹਿਦਰ ਅਕਾਲ ਤਖ਼ਤ ਸਾਹਿਬ ਵੱਲੋਂ ਜਿਹੜੀ ਚਿੰਤਾ ਜਤਾਈ ਗਈ ਆ ਅਤੇ ਉਹ ਬਹੁਤ ਵੱਡੀ ਗੱਲ ਬਣਦੀ ਹੈ। ਜ਼ਿਆਦਾ ਜਹਿਦਰ ਸਾਹਿਬ ਆਪਣੇ ਅਹੁਦੇ ਦੀ ਮਰਿਆਦਾ ਨਹੀਂ ਸਮਝ ਰਹੇ, ਉਹ ਕਿਸੇ ਹੋਰ ਨੂੰ ਕਹਿ ਦਿੰਦਾ ਤਾਂ ਵੱਡੀ ਗੱਲ ਸੀਗੀ, ਕੋਈ ਬੰਦਾ ਹੋਰ ਕਹਿ ਦਿੰਦਾ, ਬਿਲਕੁਲ ਉਹਨਾਂ ਦਾ ਨਹੀਂ। ਪਰ ਚਲੋ ਕਹਿ ਦਿੱਤਾ, ਹੁਣ ਕਹਿ ਦਿੱਤਾ, ਕਹਿ ਦਿੱਤਾ, ਮੰਨ ਲਓ, ਚਲੋ ਠੀਕ ਆ, ਸਤਿਕਾਰਯੋਗ ਪਦਵੀ 'ਤੇ ਬੈਠੇ ਨੇ,
कह दिता हुण उत्थों दा मीडिया उत्थों दा जिहड़ा बुद्धिजीवी उत्थों दा सिख जिहड़ा बुद्धिजीवी वह की अकाल तख्त साहब के जथेदार साहब के कोलों इहदा कोई हल है वह लभ रहे ने हल बारे भी गलबात की जा रही है कि की तुसीं पिंडां दे विच जाके मतलब कोई प्रचार आरंभ कर रहे हो कि इस समय डिस्ट्रिक्ट दे विच इस हल्के दे विच इस ब्लॉक दे विच आ रहा बई उत्थे जाके मैं समागम करा उत्थे लोग अपने आप प्रबंध करन किसी वड्डे गुरद्वारा साहब दे विच तुसीं एडवरटाइजमेंट करो स्पीकर गुरद्वारा साहब ते भी फलाने तरीक नूं फलाने गुरद्वारा साहब दे विच अकाल तख्त साहब दे जथेदार जिहड़े ने वो कौम नूं सन्मुख हो के कुछ जरूरी गल्लां करनगे एक आरंभ करो हीला मारो कुछ करो ताडियां जिहड़ियां धार्मिक संस्थावां जिहड़ियां ने तुसीं धर्म प्रचार कमेटी रखी हुई है धर्म प्रचार कमेटी मेरे ख्याल दे विच मैं कई बारी बोल चुका आ टैलीविजन ते भी तुसीं सुणदे पए हो यूट्यूब फेसबुक ते भी सुणदे पए हो मैं बहुत घट कहिंदा ना कि शेयर कर दो सबसक्राइब करो क्योंकि ओंटेरियो दे विच जे मैं $70,000 प्रति महीना स्टेशन नूं दे रहा तो ये प्रोग्राम की कोई होंद है यूट्यूब फेसबुक से जोड़े साढ़े सुनते हैं वो मुबारक है शेयर करना ना करना ओके क्योंकि वाहियात गल् असी करते नहीं चिमचागिरी करते नहीं चापलूसी करते नहीं वो जी कोई साड़ी टाक शो नहीं होंगी कि जी जो पुटिया भारत निकलिया चूहा हाँ जी खिदो दे विच लीरा निकलना असी करते हैं टॉपिक के उत्ते गल मुद्दों के उत्ते गल मैं वर्ल्ड वाइड जिथे तक भी जो कुछ शेयर करना होवे ने शेयर करो जो जवाब है कि धर्म प्रचार कमेटी जो श्रोमणी गुरद्वारा प्रबंधक कमेटी की तनखाहदार मुलाजम ने उन्होंने लग्जरी गड्डिया मिली हुई ने उन्होंने फंड मिलता किसी पिंड दे विच पंजाब दे विच किसी पिंड धर्म प्रचार कमेटी वाले ने आ के गुरद्वारा साहब के लाउड स्पीकर तो सवेरे शाम ये अनाउंसमेंट की हो श्रोमणी गुरद्वारा प्रबंधक कमेटी की धर्म प्रचार कमेटी धर्म प्रचार करने वास्ते फलाने दिन फलाने टाइम से पिंड के गुरद्वारा साहब के संगतान सन्मुख हो कोई बंदा मा मैनू जेकर फोन करके वट्सअप कर दे फोन नंबर 905-813-1300 वट्सअप से 4167167794 ईमेल dilbagchawla@rogers.com गल्लां दा कड़ा साडी कौम दे जथेदारां को जिन्ना मर्जी बना लो जे ओ गड्डी जांदी भी होगी ना कीदा साहब ते किसे मैं कई बार कहांगा अज भी कहांगा कि ओ अपने साली दे पिंड टौर टप्पा बनाउण वास्ते जथेदार जांदे होणगे कि आ गए धर्म प्रचार कमेटी वाले अजकल तां थां थां गड्डियां तुरियां फिरदियां हर घर दे अगे गड्डी तुरी फिरदी आ हाँ ये ठीक है कि इन्हां नाल ओ लाइटां जिहियां लग्गियां होणगियां ते टौर बण जांदी होगी जां मामी दे पिंड चल जाणगे जां फिर सांडू दे पिंड चल जाणगे जां फिर कुड़मा चोरी गिड़ा मार आउणगे कि धर्म प्रचार कमेटी जी साडे बंदे लगे आ साडी चलदी आ श्रोमणी गुरद्वारा प्रबंधक कमेटी दे विच इह विखावे तां हो सकदे आ उत्थे जा के मुर्ग मसलम खा के जे खांदे होणगे तां वी ठीक आ क्योंकि रहत मर्यादा तां कहिंदी आ वी कुठा नहीं खाणा जे शक शकाउंदे लैंदे होणगे तां मुड़ के आ के मुच्छां नूं वट दे के ते अपना खर्चा श्रोमणी गुरद्वारा प्रबंधक कमेटी दे कोलों तेल दा वी लै लैंदे होणगे ते राहदारी वी लै लैंदे होणगे ते तनखाह तां मिलदी मिलदी आ किसे पिंड दे विच कोई स्रोता कोई दर्शक दसे मैनू कि धर्म प्रचार कमेटी वालिया ने आ के धर्म दे गलबात करन वास्ते किते अनाउंसमेंट कीती होवे किते समागम कीता होवे कादे वास्ते इह पाले होए ने कादे वास्ते तनखाह लैंदे ने ते रही गल जथेदार साहब दी जथेदार साहब तुसीं बहुत वड्डी गल कीती पूरी कौम पंजाब दीआं धीआं तुसीं कटहरे दे विच खड़ियां कर दित्तियां ने ते की अल्टरनेटिव है तुहाडे कोल की निकले हो अकाल तख्त साहब तो काफला लैके कि हुण मेरी जिम्मेवारी है मेरी कौम ते मेरी पंजाब दे उत्ते इह वड्डा सारा एलीगेशन लग गया ते मैं मुखारबिंद होया मैं बयान दिता है मेरा लिखती रूप दे विच आ गया मैं एक मुहिम चलावां पिंडो पिंडी जाके लोकां नूं जागृत करा लोकां नूं सुचेत करा कि तुहाडी आउण वाली जनरेशन खत्म हो रही है वैसे होनी कदे भी खत्म नहीं कि इहदे उत्ते तां इहदा तां इनाम रख दिता गया सी इहदी तां बिल्ली मार के फरखसिया खान जिहड़ा सी उह लै के गया सीगा इन्हां दे फेर जाके घेरा पा के खालसा राज कायम करता एक वार नहीं कई बार उह दिल्ली मुड़ के फतेह करती मन्नू साडी दात्री असी मन्नू दे सोए जो जो मन्नू वढ़दा सी दून सवाणे होए इह कदे खत्म होण वाली पनीरी नहीं है इह पूर गुरु गोबिंद सिंह कलगीधर पिता ने इस नूं जिहड़ा है होर ज़्यादा लिशक पुशक दित्ती है इहदी नींह धन धन साहब श्री गुरु नानक देव जी महाराज ने रखी है कदे खत्म नहीं होनी ये दुश्मन खत्म होंदे रहे ने ओ मर खप गए ने उन्हां दा ना इस दुनिया के उत्ते नहीं परंतु ये चढ़दी कला दे विच रही है चढ़दी कला दे विच रहेगी पर हो सकदा है कि साडी आवाज़ जथेदार साहब तक पहुँच जाए तो तुसीं लाम लश्कर लैके
ਹੁਣ ਏਸੀ ਥੱਲੇ ਨਾ ਬੈਠੋ, ਨਿਕਲੋ ਪਿੰਡੋ ਪਿੰਡੀ ਜਾ ਕੇ ਪ੍ਰਚਾਰ ਕਰੋ, ਆਪਣੀ ਕੌਮ ਦੇ ਤੁਸੀਂ ਸਿਪਾ ਸਲਾਰੋ। ਜੇ ਮੈਂ ਗਲਤ ਬੋਲਿਆ ਕੀਤਾ ਸਾਹਿਬ, ਤੁਸੀਂ ਮੈਨੂੰ ਰੋਕ ਸਕਦੇ ਹੋ, ਕੋਈ ਦਰਸ਼ਕ ਵੀ ਸਰੋਤਾ ਵੀ ਆ ਕੇ ਮੈਨੂੰ ਟੋਕ ਸਕਦਾ ਇਸ ਗੱਲ ਨੂੰ। ਹਾਂਜੀ ਠੀਕ ਹੈ, ਅਸਲ ਹੋਰ ਵੀ ਤੁਸੀਂ ਨਾ ਸੰਪਾਦਕੀ ਮੈਂ ਤੁਹਾਡੀ ਮੇਲ ਤੇ ਕਰ ਦਿੱਤੀ ਹੈ, ਤੁਸੀਂ ਉਹਨੂੰ ਪੜ੍ਹ ਲਿਓ। ਤੇ ਉਹਦੇ ਇਹ ਵੀ ਕਿਹਾ ਵੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਕੂਲ ਕਾਲਜ ਹੈਗੇ, ਉਹਨਾਂ ਦਾ ਵੀ ਹਾਲ ਕੋਈ ਵਧੀਆ ਨਹੀਂ ਹੈਗਾ। ਮੈਰਿਟੋਰੀ ਸਕੂਲ ਜਿਹੜੇ ਹੈਗੇ ਆ ਪੰਜਾਬ 'ਚ ਖੁੱਲ੍ਹੇ ਆ, ਉਹ ਖਾਲੀ ਪਏ ਨੇ। ਤੇ ਜਿਹੜੇ ਮੁੰਡੇ ਵਧੀਆ ਹੈਗੇ ਆ, ਜਿਹੜੇ ਮੁੰਡੇ ਕੁਛ ਮਿਹਨਤ ਕਰਦੇ ਆ, ਮਿਹਨਤ ਕਸ਼ ਮੁੰਡੇ ਹੈਗੇ ਆ, ਉਹ ਪੰਜਾਬ ਛੱਡ ਕੇ ਬਾਹਰ ਜਾ ਰਹੇ ਆ ਜੀ। ਇਹਦੇ ਨਾਲ ਪੱਟੀ ਆਪਣੇ ਕੀਦਾ ਸਾਹਿਬ ਬਹੁਤ ਵੱਡਾ ਸਵਾਲ ਹੈ। ਇੱਕ ਧੀ ਪੰਜਾਬ ਦੇ ਵਿੱਚ ਰਹਿਣ ਵਾਲੀ, ਖਾਸ ਤੌਰ 'ਤੇ ਸਿੱਖਾਂ ਦੀ ਧੀ ਜਾਂ ਪੰਜਾਬ ਦੀ ਧੀ, ਅਣਖੀਆਂ ਦੀ ਧੀ ਜਿਹੜੀ ਪ੍ਰੈਗਨੈਂਟ ਹੈ, ਅੱਜ ਸ਼ੱਕ ਦੇ ਦਾਇਰੇ ਦੇ ਵਿੱਚ ਖੜੀ ਕਰ ਦਿੱਤੀ ਹੈ ਜਹੇਦਾਰ ਸਾਹਿਬ ਨੇ, ਸ਼ੱਕ ਦੇ ਦਾਇਰੇ ਦੇ ਵਿੱਚ ਖੜੀ ਕਰ ਦਿੱਤੀ ਹੈ। ਛੋਟੀ ਜਿਹੀ ਗੱਲ ਨਹੀਂ ਕੀਤੀ ਇਹਨਾਂ ਨੇ, ਬਹੁਤ ਵੱਡੀ ਗੱਲ ਕੀਤੀ ਆ। ਤੇ ਕੀ ਜਵਾਬ ਵੀ ਦਿਓ ਨਾ ਜਹੇਦਾਰ ਸਾਹਿਬ, ਗੱਲ ਕਹਿ ਕੇ ਤੇ ਤੁਸੀਂ ਚੁੱਪ ਕਰਕੇ ਬਹਿ ਗਏ। ਨਿਕਲੋ ਪਿੰਡੋ ਪਿੰਡੀ, ਫਿਰ ਹੁਣ ਜਾ ਕੇ ਪਾਓ ਦੁਮਾਲਾਂ, ਦੱਸੋ ਲੋਕਾਂ ਨੂੰ, ਜਾਗਰਤੀ ਕਰੋ। ਅੱਜ ਜੇ ਪੰਜਾਬ ਦਾ ਕੋਈ ਵੀ ਬੱਚੀ ਬੱਚਾ ਪ੍ਰੈਗਨੈਂਟ, ਬੱਚੀ ਜਿਹੜੀ ਪ੍ਰੈਗਨੈਂਟ ਹੈ, ਉਹਦਾ ਸ਼ੱਕ ਦੀ ਨਿਗਾਹ ਵੱਲ ਲੋਕ ਵੇਖਣਗੇ ਵੀ ਸ਼ਾਇਦ ਇਹ ਵੀ ਉਹੋ ਜਿਹਾ ਹੋਵੇ ਮਾਮਲਾ ਹੈ, ਨੌਜਵਾਨ ਨੂੰ ਸ਼ੱਕ ਦੀ ਨਿਗਾਹ ਦੇ ਨਾਲ ਵੇਖਣਗੇ। ਕਦੇ ਬੋਲਿਆ ਨਹੀਂ ਮੈਂ, ਦੋ ਤਿੰਨ ਦਿਨ ਤੋਂ ਇਹ ਮਸਲੇ ਨੂੰ ਮੈਂ ਖੋਗ ਰਿਹਾ ਸੀ, ਵਿਚਾਰ ਵੀ ਰਿਹਾ ਸੀ, ਮੱਥੇ 'ਤੇ ਹੱਥ ਰੱਖ ਕੇ ਲੰਮੇ ਪੈ ਜਾਂਦਾ ਸੀਗਾ ਵੀ ਇਹ ਕੀ ਹੋ ਰਿਹਾ। ਅਸੀਂ ਪੰਜਾਬ ਵਾਸੀ ਹਾਂ, ਸਾਡੀਆਂ ਧੀਆਂ ਭੈਣਾਂ ਉੱਥੇ ਨੇ, ਅਤੇ ਜਹੇਦਾਰ ਸਾਹਿਬ ਨੇ ਜਿਹੜੀ ਗੱਲ ਕੀਤੀ ਆ, ਆਉਣ ਵਾਲਾ ਜਿਹੜਾ ਬੱਚਾ ਬੱਚੀ ਹੈ ਉਸ ਨੂੰ ਫਿਰ ਸ਼ੱਕ ਦੀ ਨਿਗਾਹ ਨਾ ਵੇਖਣਗੇ ਕਿ ਵਾਕਈ ਆਪਣੇ ਬਾਪ ਦੀ ਔਲਾਦ ਹੈ ਜਾਂ ਨਹੀਂ ਹੈ। ਕਹਿਣ ਵਾਲਿਆਂ ਤਾਂ ਕਿਹਾ ਸੀ ਖਾੜਕੂਵਾਦ ਦੇ ਵੇਲੇ, ਤੁਹਾਡੀ ਅਸੀਂ ਆਉਣ ਵਾਲੀ ਪੀੜ੍ਹੀ ਖਤਮ ਕਰਨੀ ਹੈ, ਜਨਰੇਸ਼ਨ ਚੇਂਜ ਕਰਨੀ ਹੈ, ਅਤੇ ਜਹੇਦਾਰ ਸਾਹਿਬ ਮੋਹਰ ਲਾ ਰਹੇ ਹੋ ਉੱਤੇ। ਤੁਹਾਡੇ ਵੱਲੋਂ ਮੈਸੇਜ ਵੀ ਆ ਰਹੇ ਨੇ ਕਿ ਬਹੁਤ ਵਧੀਆ ਗੱਲ ਤੁਸੀਂ ਕੀਤੀ ਹੈ ਔਰ ਪੰਜਾਬ ਦੀਆਂ ਧੀਆਂ ਨੂੰ ਕਟਹਿਰੇ 'ਚ ਖੜਾ ਕਰ ਦਿੱਤਾ ਹੈ, ਲਿਖ ਕੇ ਭੇਜਿਆ ਗਿਆ ਹੈ ਸਾਡੇ ਜਥੇਦਾਰ ਸਾਹਿਬ ਨੇ ਕਿ ਜਿਹੜਾ ਬੱਚਾ ਬੱਚੀ ਪੈਦਾ ਹੋਇਆ ਹੈ ਉਹਨੂੰ ਸ਼ੱਕ ਦੇ ਦਾਇਰੇ ਦੇ ਵਿੱਚ ਜਿਹੜਾ ਹੈ ਉਹ ਵੇਖਿਆ ਜਾ ਸਕਦਾ, ਜਿਹੜੀ ਤੁਸੀਂ ਗੱਲ ਕਹੀ ਹੈ ਚਾਵਲਾ ਜੀ। ਧੰਨਵਾਦ ਜੀ, ਤੁਹਾਡਾ ਮੈਸੇਜ ਕਰਨ ਵਾਸਤੇ ਬਹੁਤ ਬਹੁਤ ਸ਼ੁਕਰੀਆ। ਔਰ ਕਿਉਂਕਿ ਹੁਣ ਇਹਦਾ ਹੱਲ ਕੀ ਹੈ ਨਾ, ਹੱਲ ਵੀ ਲੱਭਿਆ ਜਾਵੇ। ਗਲਤ ਕਰ ਦਿੱਤੀ, ਬਿਮਾਰੀ ਦਾ ਪਤਾ ਲੱਗ ਗਿਆ ਵੀ ਆਹ ਹੋ ਰਿਹਾ ਸਾਡੀਆਂ ਧੀਆਂ ਦੇ ਨਾਲ, ਸਾਡੇ ਜਿਹੜੀ ਜਨਸੰਖਿਆ ਜਿਹੜੀ ਘਟਦੀ ਜਾ ਰਹੀ ਹੈ ਅਤੇ ਸਾਡੀ ਜਿਹੜੀ ਹੈ ਜਨਰੇਸ਼ਨ ਜਿਹੜੀ ਹੈ ਉਹਦਾ ਬਦਲਾਅ ਹੋ ਰਿਹਾ। ਪਰ ਤੁਹਾਡੇ ਪਾਸ ਇਹਦਾ ਹੱਲ ਕੀ ਹੈ? ਹੁਣ ਕੋਈ ਬਿਮਾਰੀ ਹੈ, ਉਹਦਾ ਇਲਾਜ ਵੀ ਤਾਂ ਹੋਣਾ ਚਾਹੀਦਾ, ਕਿਉਂਕਿ ਦੱਸਾਂ ਬਿਲਕੁਲ ਇਲਾਜ ਤੋਂ ਬਿਨਾਂ ਗੱਲ ਬਣਨੀ ਨਹੀਂ ਜੀ। ਬਿਮਾਰੀ ਦਾ ਤਾਂ ਤੈਨੂੰ ਪਤਾ ਲੱਗ ਗਿਆ ਤਾਂ ਇਲਾਜ ਤਾਂ ਕਰਨਾ ਪੈਣਾ ਜੀ ਆਪਾਂ ਨੂੰ ਇਸ ਗੱਲ ਦਾ ਜੀ। ਅਸੀਸ ਮਿਸਰਾ ਤੇ ਹੁਣ 24 ਮਈ ਨੂੰ ਹੋਣਗੇ ਦੋਸ਼ ਆਇਦ, ਅੱਜ ਮੁੱਛਾਂ ਨੂੰ ਤਾ ਦਿੰਦਾ ਕੋਰਟ ਵਿੱਚ ਪੇਸ਼ ਹੋਇਆ ਅਸੀਸ ਮਿਸਰਾ ਇੱਕ ਵਾਰੀ ਫਿਰ ਤੋਂ। ਮੈਂ ਨਾ ਮਾਨੂੰ, ਹਾਂਜੀ ਸਵਾਲ ਨਹੀਂ ਕੋਈ ਸਵਾਲ ਨਹੀਂ, ਮਤਲਬ ਜਿਵੇਂ ਉਹਦਾ ਵੀਡੀਓ ਬੜੀ ਵਾਇਰਲ ਹੋਈ ਆ, ਮੁੱਛਾਂ ਨੂੰ ਤਾ ਦਿੰਦੇ ਦੀ, ਤੇ ਬੰਦਾ ਕੋਰਟ ਪੇਸ਼ ਹੋ ਰਿਹਾ ਹੁਣ ਅੱਜ। ਮਤਲਬ ਕਿ ਕੱਲ੍ਹ ਨਾ ਅਸਲ 'ਚ ਉਹਨਾਂ ਦੇ ਦੋਸ਼ ਆਇਦ ਹੋਣੇ ਸੀ, ਕੁੱਝ ਕਾਰਨ ਹੋਏ ਕਿ ਕੱਲ੍ਹ ਦੋਸ਼ ਉਹਨਾਂ ਤੇ ਆਇਦ ਨਹੀਂ ਹੋ ਸਕੇ, ਪਰ 24 ਮਈ ਪਾਈ ਆ ਤਰੀਕ ਉਹਨਾਂ ਨੇ ਮਾਨਦੇਵ ਅਦਾਲਤ ਨੇ। ਇਹਨਾਂ ਦੇ ਜਿਹੜਾ ਕਿ ਬੰਦੇ ਤਕਰੀਬਨ 14 ਬੰਦੇ ਅਰੈਸਟ ਕੀਤੇ ਗਏ ਆ ਉਸ ਮੁੱਦੇ 'ਤੇ, ਜਿਹੜੇ ਵਿੱਚ 13 ਬੰਦੇ ਆ, ਇੱਕ ਬੰਦਾ ਜ਼ਮਾਨਤ ਹੋ ਗਈ ਸੀ ਇੱਕ ਦੀ, ਤੇ ਬਾਕੀ 13 ਬੰਦੇ ਜੇਲ੍ਹ ਦੇ ਵਿੱਚ ਹੈਗੇ ਆ। ਉਹਨਾਂ ਨੇ ਦਰੜਤੇ ਸੀਗੇ ਜੀ, ਉਹ ਜਿਹੜੇ ਹੈਗੇ ਆ ਆਪਣਾ 4 ਕਿਸਾਨ, 1 ਪੱਤਰਕਾਰ, 3 ਹੋਰ ਬੰਦੇ ਮੌਤ ਦੇ ਘਾਟ ਉਤਾਰਤੇ ਸੀ ਤੇ ਇਹਨਾਂ ਦੇ ਕਾਫਲੇ ਨੇ। ਤੇ ਜਿਸ ਸੰਦਰਭ ਦੇ ਵਿੱਚ ਮਾਨਯੋਗ ਇਲਾਹਾਬਾਦ ਹਾਈ ਕੋਰਟ ਨੇ ਆਖਿਆ ਸੀ ਕਿ ਜੇਕਰ ਜਿਹੜਾ ਅਜੇ ਮਿਸ਼ਰਾ ਟੈਣੀ ਹੈਗਾ, ਜੇਕਰ ਉਹ ਭੜਕਾਊ ਬਿਆਨ ਨਾ ਦਿੰਦਾ ਤਾਂ ਇਹ ਘਟਨਾ ਹੋਣ ਤੋਂ ਬਚ ਸਕਦੀ ਸੀ, ਤੇ ਉਹਨਾਂ ਨੇ ਜ਼ਮਾਨਤ ਦੇਣ ਤੋਂ ਮਨਾ ਕਰਤਾ। 4 ਬੰਦਿਆਂ ਦੀ ਜ਼ਮਾਨਤ ਹੋਣੀ ਕਿੱਥੇ, ਇਲਾਹਾਬਾਦ ਹਾਈ ਕੋਰਟ ਦੇ ਜ਼ਮਾਨਤ ਨਹੀਂ ਦੇਣੇ ਸੀ ਕਿਉਂਕਿ ਇਹਨਾਂ ਨੇ ਗਲਤ ਕੰਮ, ਘਟੀਆ ਕੰਮ ਕੀਤਾ। 5,000 ਪੇਜ ਦੀ ਚਾਰਜਸ਼ੀਟ ਤਿਆਰ ਕੀਤੀ ਹੈ ਚਾਵਲਾ ਸਾਹਿਬ ਨੇ, 5,000 ਪੇਜ ਦੀ ਚਾਰਜਸ਼ੀਟ ਹੈ ਤੇ ਜਿਹੜੀ ਕਿ ਮਾਨਯੋਗ ਅਦਾਲਤ ਵਿੱਚ ਦਾਖਲ ਹੋ ਚੁੱਕੀ ਆ। ਹੁਣ ਦੋਸ਼ ਆਇਦ ਕਰਨ ਦੀ ਤਰੀਕ 24 ਪਈ ਗਈ ਆ। ਕਿਸਾਨ ਸੋਚ ਰਿਹਾ ਵੀ ਜਿਹੜਾ ਕਿ ਇਸ ਸੰਦਰਭ ਵਿੱਚ ਹੋਏਗਾ ਕੀ, ਕਿਸਾਨਾਂ ਨੇ ਉੱਥੇ ਮੋਰਚਾ ਵੀ ਲਾਇਆ ਇਹ ਕਹਿ ਕੇ ਕਿ ਗਵਾਹਾਂ ਨੂੰ ਦਬਕਾਇਆ ਜਾ ਰਿਹਾ, ਉੱਥੇ ਜਿਹੜੇ ਕਿ ਇਹ ਸਰਕਾਰੀ ਪੱਤਰ ਹੈਗੀ ਆ ਪੁਲਿਸ ਦੀ, ਗਵਾਹਾਂ ਨੂੰ ਦਬਕਾਇਆ ਜਾ ਰਿਹਾ ਤਾਂ ਕਿ ਗਵਾਹ ਉੱਥੇ ਗਵਾਹੀ ਦੇਣ ਤੋਂ ਮੁਨਕਰ ਹੋ ਜਾਣ। ਦੋਸਤੋ ਤੁਸੀਂ ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਮੈਂ ਧੰਨਵਾਦੀ ਹਾਂ ਕੀਦਾ ਸਾਹਿਬ ਤੁਹਾਡਾ, ਮੈਨੂੰ ਤੁਹਾਡੀ ਜਿਹੜੀ ਹੈ ਖਬਰ ਜਿਹੜੀ ਹੈ ਪਹੁੰਚ ਗਈ ਹੈ ਔਰ ਤੁਸੀਂ ਇਹਦਾ ਜਿਹੜਾ ਲਿੰਕ ਭੇਜਿਆ, ਚਲੋ ਮੈਂ ਉਹਦੀ ਕਾਪੀ ਕੱਢ ਕੇ PDF ਫਾਈਲ ਬਣਾ ਕੇ ਜ਼ਰੂਰ ਆਪਣੇ ਸਰੋਤਿਆਂ ਨੂੰ ਸਾਂਝੀ ਕਰਾਂਗਾ। ਉਹਦੇ ਵਿੱਚ ਆਰਟੀਕਲ ਬੜਾ ਲੰਬਾ ਚੌੜਾ, ਮੇਰੇ ਖਿਆਲ ਦੇ ਵਿੱਚ 2 ਹਿੱਸਿਆਂ ਦੇ ਵਿੱਚ ਅਖਬਾਰ ਜਿਹੜਾ ਉਸਨੂੰ ਲਿਖਦਾ। ਪੰਜਾਬ ਦੀਆਂ ਕੁੜੀਆਂ ਦੀਆਂ ਕੁੱਖਾਂ ਵਿੱਚ ਗੈਰ ਪੰਜਾਬੀ ਮਰਦਾਂ ਦਾ
सीमन सवालिया फिकरा पाता अखबार ने, वेखो अखबार ने कि मतलब तगड़ी गल की है जी, सवालिया फिकरा पाता। पर जथेदार साहब की जी स्पीच है उसके शरेआम ही कह दिता गया, गैर पंजाबी मर्दों का सीमन पर सच्चाई की है, भाग नंबर आई थिंक 1 or 2 है, वो उन्होंने काफ़ी डिटेल दे लिखा, कोशिश करांगा कि नंबर 1 पहला पे जिहड़ा पेश कर दवां जां नंबर 2 जां फिर आपां नूं पूरी डिटेल दे विच कल दे प्रोग्राम तक आपां रख लैणे आ। सो धन्नवाद तुहाडा कीदा साहब, शुक्रिया, मेहरबानी। वॉइस ऑफ सिटी 1320 AM चावला न्यूज़ नैटवर्क टोरोंटो दे विच, अगर तुसीं कोई क्वेश्चन करना 905-813-1320। गुरनाम सिंह तीर मैमोरियल, हाँ जी गुरनाम सिंह तीर साहब भी बड़े अपने आप दे विच वड्डे लेखक ने, बहुत सुनिया उन्हों कवितावान, बहुत सारे व्यंग बड़े तगड़े। मेमोरियल ट्रस्ट के गुरु नानक देव यूनीवर्सिटी में समझौता होने खबर ने, चाचा चंडीगढ़ी दिखत सामभिया जा कहना चाहोगे? चाचा चंडीगढ़ी, चाचा चंडीगढ़ मतलब गुरनाम सिंह तीर जिन्हें गुरनाम सिंह वेखो जिस जिस पड़ा दे जिस उम्र के उस वक्त हों की अखबारा ही होंदिया सी, उल्टा पुलटा पिंड पिंड की कहानी, मेरा पिंड जां जो भी मतलब अज भी अखबार पढ़ लो तुसी लै लो तो कली कली खबर बंदा पढ़ता उत्थे। हाँ ठीक है कि हुण अखबार बहुत घट पढ़ते हैं लोग, बहुत घट जी, मतलब जिस गली दे विच मैं रहिंदा सी पहला तो हर गली हर घर दे विच अखबार सुट्टी जांदी सीगी, पर हुण कह के उहनू लवाइयां ने दो तीन अखबारां। ਤੁਸੀਂ ਚਾਵਲਾ ਸਾਹਿਬ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਕੁ ਮਟੀਰੀਅਲ ਪੇਸ਼ ਕਰ ਦਿੰਦੇ ਹੋ ਖਬਰਾਂ ਦਾ ਕਿ ਕਿਸੇ ਨੂੰ ਅਖਬਾਰ ਪੜ੍ਹਨ ਦੀ ਲੋੜ ਪੈਂਦੀ ਵੀ ਨਹੀਂ। ਚਲੋ ਉਹ ਤਾਂ ਫਿਰ ਮੈਂ ਪੰਜਾਬ ਦੀ ਗੱਲ ਕਰ ਰਿਹਾ, ਪਰ ਰੁਚੀ ਘਟ ਗਈ ਹੈ ਲੋਕਾਂ ਦੀ ਅਖਬਾਰਾਂ ਜੀ। ਹਾਂਜੀ ਘਟੀਆ ਫਿਰ ਨਾ ਚਾਚਾ ਚੰਡੀਗੜ੍ਹੀ ਇਹ ਸੀਗਾ ਨਾ ਜੋ ਵੀ ਬੜਾ ਕੋਲਮ ਚੱਲ ਰਹੀ ਸੀ, ਵਿਅੰਗ ਬੜੇ ਕਮਾਲ ਦੇ ਹੁੰਦੇ ਸੀ, ਆਪਣੇ ਤਰੀਕੇ ਦਾ ਉਹਨਾਂ ਦਾ ਵਿਅੰਗ ਹੁੰਦਾ ਸੀਗਾ, ਕਿਸੇ ਕਿਸੇ ਮੁੱਦੇ ਉੱਤੇ ਕਰਦੇ ਸੀਗੇ, ਤੇ ਗੁਰਨਾਮ ਸਿੰਘ ਤੀਰ ਤੇ ਉਹਨਾਂ ਦਾ ਟਰੱਸਟ ਹੈਗਾ ਗੁਰਨਾਮ ਸਿੰਘ ਤੀਰ ਮੈਮੋਰੀਅਲ ਟਰੱਸਟ ਹੈਗਾ, ਉਹਦੀ ਜਿਹੜੀ ਮੁਖੀ ਹੈਗੀ ਆ ਉਹਦੀ ਬੇਟੀ ਆ ਬੱਬੀ ਬੱਬੂ ਤੀਰ, ਬੱਬੂ ਤੀਰ ਤੇ ਬੱਬੂ ਤੀਰ ਉਹਨਾਂ ਦੇ ਜਿਹੜਾ ਗੁਰਨਾਮ ਦੇਵ ਯੂਨੀਵਰਸਿਟੀ ਦੇ ਨਾਲ ਸਮਝੌਤਾ ਹੋਇਆ ਕਿ ਜਿੰਨੀਆਂ ਵੀ ਲਿਖਤਾਂ ਗੁਰਨਾਮ ਸਿੰਘ ਤੀਰ ਦੀਆਂ ਛਪੀਆਂ ਹੋਈਆਂ ਨੇ ਜਾਂ ਅਣਛਪੀਆਂ ਨੇ ਸਾਰੀਆਂ ਨੂੰ ਸਾਂਭਿਆ ਜਾਵੇ। ਤੇ ਮੇਰੇ ਖਿਆਲ ਚ ਚੰਗੀ ਗੱਲ ਹੈ ਚਾਲਾ ਸਾਹਿਬ, ਜਿਹੜੇ ਇਹੋ ਜਿਹੇ ਬੰਦੇ ਨਾ ਹੋ ਕੇ ਲੰਘ ਜਾਂਦੇ ਆ ਅਖਬਾਰਾਂ ਵਿੱਚ ਛਪਦੇ ਆ, ਕਿਉਂਕਿ ਅਖਬਾਰ ਇੱਕ ਇਹੋ ਜਿਹਾ ਸੈਗਮੈਂਟ ਹੈਗਾ ਜੀ ਜਿਹਦੇ ਵਿੱਚ ਛਪੀ ਹੋਈ ਚੀਜ਼ ਕੁਝ ਦਿਨ ਦੀ ਪੁਰਾਣੀ ਹੁੰਦੀ ਹੈ, ਚਾਹੇ ਤਾਂ ਸਵੇਰ ਸਵੇਰ ਦੀ ਪੁਰਾਣੀ ਹੁੰਦੀ ਹੈ, ਪਰ ਇਹਨਾਂ ਚੀਜ਼ਾਂ ਨੂੰ ਸਾਂਭਿਆ ਜਾਣਾ ਚਾਹੀਦਾ ਤਾਂ ਕਿ ਚਿਰੋਕਣੀ ਇਹ ਚਿਰ ਤੱਕ ਰਹੇ ਤੇ ਸਹੀ ਰਹੇ। ਤੇ ਗੁਰਨਾਮ ਸਿੰਘ ਤੀਰ ਵੱਲੋਂ ਲਿਖਤਾਂ ਜਿਹੜੀਆਂ ਹੈਗੀਆਂ ਨੇ, ਨਾਲੇ ਅੱਜ ਪਤਾ ਲੱਗਿਆ ਵੀ ਪਹਿਲਾਂ ਕਿਹੋ ਜਿਹੇ ਜ਼ਮਾਨੇ ਸੀ, ਕਿਹੋ ਜਿਹੇ ਵਿਅੰਗ ਹੁੰਦੇ ਸੀਗੇ, ਕਿੱਦਾਂ ਦੀ ਗੱਲ ਕਰਦੇ ਸੀ ਲੋਕ, ਤੇ ਉਹ ਅੱਗੇ ਅੱਗੇ ਪੀੜ੍ਹੀ ਨੂੰ ਪਤਾ ਲੱਗਣਾ ਚਾਹੀਦਾ। ਤੇ ਅੱਛਾ ਫੈਸਲਾ ਕੀਤਾ ਗੁਰਨਾਮ ਦੇਵ ਯੂਨੀਵਰਸਿਟੀ ਨੇ ਚਾਹੁੰਦਾ। ਅੱਛਾ ਮੋਹਾਲੀ ਬੰਬ ਕਾਂਡ ਤੋਂ ਬਾਅਦ ਅਸੀਂ ਵਾਈਂਡ ਅਪ ਕਰਾਂਗੇ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਹਰ ਪੱਖ ਤੋਂ ਕਰ ਰਹੇ ਹਾਂ ਪੜਤਾਲ, ਤਾਰਾਂ ਕਿਧਰੇ ਹੋਰ ਵੀ ਜੁੜਦੀਆਂ ਨੇ। ਮੋਹਾਲੀ ਬੰਬ ਧਮਾਕੇ 'ਤੇ NIA ਦੀ ਨਜ਼ਰ ਹੈ, ਮੋਹਾਲੀ ਟੀਮ ਪੁੱਜੀ ਹੈ, ਔਰ DGP ਭਾਵੜਾ ਦਾ ਜਿਹੜਾ ਹੈ ਬੋਲਣਾ ਕਿ ਅੱਤਵਾਦੀ ਹਮਲੇ ਤੋਂ ਇਨਕਾਰ ਨਹੀਂ ਹੈ, ਕੀ ਕਹਿਣਾ ਚਾਹੋ? ਚਲੋ ਸਰ, ਸਾਰੇ ਪੱਖਾਂ ਤੋਂ ਕੱਲ੍ਹ ਸਾਰਾ ਦਿਨ ਉੱਥੇ NIA ਦੀ ਟੀਮ ਵੀ ਫਿਰਦੀ ਰਹੀ ਹੈ ਮੋਹਾਲੀ ਦੇ ਵਿੱਚ, ਤੇ ਸਾਰੇ ਪੱਖੋਂ ਦੇਖਦੀ ਹੈ ਬਾਜ਼ੀ ਰਹੀ ਹੈ, ਤੇ ਨਾਲ ਦੀ ਨਾਲ ਸੀਐਮ ਭਗਵੰਤ ਮਾਨ ਨੇ ਆਪਣੇ DGP ਨਾਲ ਮੀਟਿੰਗ ਕੀਤੀ ਹੈ। DGP ਨੇ ਕਿਹਾ ਕਿ ਇਸ ਸੰਦਰਭ ਵਿੱਚ ਕੋਈ ਵੀ ਕਮੀ ਨਾ ਛੱਡੀ ਜਾਵੇ, ਤੇ DGP ਭਾਵੜਾ ਨੇ ਕਿਹਾ ਕਿ ਅੱਤਵਾਦੀ ਮਾਮਲੇ ਤੋਂ ਇਨਕਾਰ ਨਹੀਂ, ਉਹਨੇ ਕਿਹਾ ਕਿ ਸਾਡੇ ਵਾਸਤੇ ਬੜਾ ਵੱਡਾ ਚੈਲੰਜ ਆਏ ਕਿ ਸਾਡੇ ਜਿਹੜਾ ਕਿ ਇੰਟੈਲੀਜੈਂਸ ਦੇ ਕੋਲੇ ਉਹਨਾਂ ਨੇ ਬੰਬ ਫੋੜਿਆ ਹੈਗਾ, ਤੇ ਇਸ ਸੰਦਰਭ ਦੇ ਵਿੱਚ BJP ਜਿਹੜੀ ਹੈਗੀ ਆ ਉਹ ਕਾਂਗਰਸ ਉਹ ਇਹ ਸਾਰੇ ਹੀ ਇਸ ਗੱਲ ਤੇ ਪੈ ਗਏ ਕਿ ਹੁਣ ਦੇਖੋ ਨਾ ਜੀ ਇਹ ਸਾਡੇ ਖਿਲਾਫ਼ ਬਦਲਾ ਲਊ ਭਾਵਨਾਵਾਂ ਤਹਿਤ ਕੰਮ ਕਰ ਰਹੀ ਆ, ਸਾਡੇ ਬੰਦੇ ਖਿਲਾਫ਼ ਕੇਸ ਦਰਜ ਕਰ ਰਹੀ, ਜਦਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਵਿਗੜੀ ਹੋਈ ਆ। ਮੇਰਾ ਇਹ ਕਹਿਣਾ ਚਾਵਲਾ ਸਾਹਿਬ ਸਾਰੇ ਪੱਖ ਵਿਚਾਰ ਲੈਣੇ ਚਾਹੀਦੇ ਆ ਸਾਰੇ ਪੱਖਾਂ ਨੂੰ, ਕਿ ਇੱਕ ਬੰਦਾ ਹੈਗਾ ਬੈਠਾ ਅਮਰੀਕਾ ਦੇ ਵਿੱਚ ਉਹ ਕਹਿੰਦਾ ਜੀ ਇਹ ਜਿਹੜਾ ਕਿ ਧਮਾਕਾ ਇਹ ਸ਼ਿਮਲੇ 'ਚ ਹੋ ਸਕਦਾ ਸੀਗਾ, ਧਮਾਕਾ ਇਹ ਹਿਮਾਚਲ 'ਚ ਹੋ ਸਕਦਾ ਸੀਗਾ, ਪਰ ਮੋਹਾਲੀ ਸਬਕ ਲਵੇ ਜੈ ਰਾਮ ਠਾਕੁਰ। ਹੁਣ ਉਹ ਗੱਲ ਆਪਣੇ ਗੱਲ ਪਾ ਕੇ ਇਹਨਾਂ ਨੂੰ ਅੱਤਵਾਦੀ ਹਮਲਾ ਕਹਿ ਦਿੰਦਾ, ਅੱਤਵਾਦੀ ਹਮਲਾ ਇਹਨੂੰ ਕਰਾਰ ਦੇ ਦਿੰਦਾ ਵੀ ਇਹ ਖਾਲਿਸਤਾਨ ਨੇ ਕੰਮ ਕੀਤਾ, ਪਰ ਮੈਨੂੰ ਹੋਰ ਤਰ੍ਹਾਂ ਦੀ ਨਜ਼ਰ ਆਉਂਦੀ ਹੈ ਕਿ ਵਿੱਚ ਸਹੀ ਵੀ ਹੋ ਸਕਦੀ ਹੈ। ਜਿਹੜਾ ਸ਼ੰਕਾ ਹੈਗੀ ਆ ਕਿ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਆਈ ਹੈ, ਪਹਿਲੀ ਵਾਰੀ ਆਈ ਹੈ ਸਰਕਾਰ ਜੀ ਜੀ। ਮਸਲਾ ਮਸਲਾ ਇਹ ਹੈ ਕਿ ਜਿਹੜੀ ਸਿੱਖਸ ਫੋਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ, ਉਹਨਾਂ ਨੂੰ ਹਰ ਖਬਰ ਦੇ ਨਾਲ ਜਿਹੜਾ ਹੈ ਉੱਥੋਂ ਦਾ ਮੀਡੀਆ ਜੋੜ ਕੇ ਪੇਸ਼ ਕਰ ਦਿੰਦਾ, ਪਰ ਕੁਝ ਜ਼ਿੰਮੇਵਾਰੀਆਂ ਨੇ ਗੁਰਪਤਵੰਤ ਸਿੰਘ ਪੰਨੂ ਖੁਦ ਆ ਕੇ ਆਪਣੇ TV ਚੈਨਲ 'ਤੇ ਲਾਈਵ ਉਹ ਲੈਂਦਾ। ਹੁਣ ਜੇ ਆਪਾਂ ਲੈਟਰ ਦੀ ਗੱਲ ਕਰੀਏ ਤਾਂ ਲੈਟਰ ਜਿਹੜਾ ਹੈ ਕੀ ਉਹ ਗੁਰਪਤਵੰਤ ਸਿੰਘ ਪੰਨੂ ਹੁਣਾਂ ਦੀ ਸੰਸਥਾ ਵੱਲੋਂ ਲਿਖਿਆ ਗਿਆ, ਇਹ ਬੜਾ ਵੱਡਾ ਸਵਾਲ ਹੈ।
हाँ जी कि उन्होंने बदनाम किया जा रहा जां उन्हां दा काम कोई होर ही जथेबंदी करी जाती है उन्होंने मतलब मशहूरी मिल रही है की है इहदे पिछे की है साजिश क्योंकि जे ये जिहड़ा मोहाली का बंब कांड होया जो ब्लास्ट होया जां हमला होया यह छोटी जी गल नहीं है ये जी नौजवान पनीरी आ एक तो जहेदार साहब ने कहता कि सीरमी दूजा पाया जा रहा अनखी खत्म की जा रही है पंजाबियों की हुण पता कदों जहेदार साहब नूं पुछो कदों तो शुरू होया रिड़दे फिरदे जवाक आ जां जिहड़े मुछां नूं ता देंदे तुरे फिरदे ने वह भी इसका शिकार होए ने भरम पाली बैठे ने कि असीं अपने बाप की औलाद हाँ ये दसो तो सही तुसीं तां बड़ा तगड़ा बयान दे के चुप करके बह के पंजाबियों की अणख नूं दाग लाता सबूत को प्रूफ किसी धी ने रखाया होवे सामने दसो अणख मगार के रख दी हुण गल आ कि जिहड़ी पनीरी नौजवान तैयार होए ने एक तो खाड़कूवाद दे वेले एक नशे ने आ एक हुण उन्हां दा शिकार खेडण दीआं तैयारियां फिर हो रही ही तो कहांगे सुचेत होवो भाई सावधान होवो विधानसभा दीआं कंधां दे उत्ते खालिस्तान जिंदाबाद लिखिया जांदा टाइम लगदा है चाहे वह पेंट ना भी लिखिया गया हो इश्तिहार लाना टाइम लगता फिर झंडा चढ़ा उन्होंने गड्ढना टाइम लगता उन्होंने बनना टाइम लगता तो एडी नाजुक जगह के उत्ते सीसीटीवी कैमरे है नहीं तो अगों उत्तों का बयान आ गया सरद रुत्त दे विच असीं इस्तेमाल करते हैं बाकी बिल्डिंग जिहड़ी मर्जी आवे जिहड़ा मर्जी करे असीं सीसीटीवी कैमरे जां साडी सुरक्षा नहीं उत्थे किड्डा वड्डा हादसा होना बयान लंघदा संगो कॉलर ने फिर वाइंड अप कर दिया हाँ जी वेलकम जी सत श्रीकाल गल आए जी तुसी वैसे तो चावला साहब कर ही चुके हो आही सवाल मेरा सी पर किते ना किते जदों जदों इलेक्शन आउंदे ने उदों उदों दी इदां मतलब किसे कम्युनिटी नूं आपां बदनाम करके शायद उहदा कोई लाहा लै सकीए इस करके भी कीतियां जांदियां पर जे आपां पिछले समय ते झाती मारीए जदों अपने इंदिरा गांधी दा टाइम सीगा जी उदों भी पंजाब दे विच जदों सरकार उहनां दी नहीं आई सी ते उदों भी किते इहो जिहियां एक्टिविटीआं हो के फिर नैशनल एजेंसी आ जिहड़ी ਉਹ ਜਦੇ ਉਹਦੇ ਉੱਪਰ ਬੈਠੀ ਹੁੰਦੀ ਆ ਕਿਤੇ ਨਾ ਕਿਤੇ ਕਿਉਂਕਿ ਮੂਹਰੇ ਜਿਹੜੇ 2024 ਦੇ ਇਲੈਕਸ਼ਨ ਆ ਰਹੇ ਨਾ ਜਾਂ ਉਹ ਤੋਂ ਪਹਿਲਾਂ ਜਿਹੜੇ ਕਾਰਪੋਰੇਸ਼ਨ ਦਾ ਦੂਜੇ ਵੀ ਦੂਜੀਆਂ ਜਿਹੜੀਆਂ ਸੈਂਟਰ 'ਚ ਬੈਠੀਆਂ ਸਰਕਾਰਾਂ ਨੇ ਉਹ ਕਿਤੇ ਨਾ ਕਿਤੇ ਇਹੋ ਜਿਹਾ ਮਾਹੌਲ ਕ੍ਰੀਏਟ ਕਰ ਰਹੀਆਂ ਨੇ ਵੀ ਪੰਜਾਬੀਆਂ ਨੂੰ ਬਦਨਾਮ ਕਰਨ ਲਈ ਮੁੜ ਕੇ ਅਸੀਂ ਜੀ ਉਹਨਾਂ ਨੂੰ ਸਹਾਰਾ ਦੇਣ ਲਈ ਅਸੀਂ ਆਹ ਕੁਛ ਕਰਦੇ ਹਾਂ ਕਿਤੇ ਇਹਦੇ ਵੱਲ ਤਾਂ ਨਹੀਂ ਇਸ਼ਾਰਾ ਕਿਉਂਕਿ ਜਦੋਂ ਤੁਹਾਨੂੰ ਵੀ ਪਤਾ ਇੱਕ ਰਾਕਟ ਲਾਂਚਰ ਚੱਲੇ ਜੀ ਕਿਤੇ ਤੇ ਉਹ ਹੀ ਸੱਟ ਕੇ ਤਾਂ ਕੋਈ ਭੱਜ ਨਹੀਂ ਜਾਂਦਾ ਉਹ ਚੱਲਣ ਦੇ ਨਾਲ ਬਿਲਡਿੰਗਾਂ ਦੀਆਂ ਬਿਲਡਿੰਗਾਂ ਉੱਡ ਜਾਂਦੀਆਂ ਜੀ ਉਹਦੇ ਨਾਲ ਬਿਲਕੁਲ ਜਿਹੜੀ ਰਹਿ ਗਈ ਤੁਹਾਡੀ ਹਿਮਾਚਲ ਵਾਲੀ ਜੀ ਜਿਵੇਂ ਤੁਸੀਂ ਦੱਸ ਹੀ ਦਿੱਤਾ ਵੀ ਉਹਨੂੰ ਟਾਈਮ ਲੱਗਦਾ ਲਿਖਣ ਨੂੰ ਔਰ ਉਹ ਵੀ ਉਹੋ ਜਿਹੀ ਬਿਲਡਿੰਗ ਦੇ ਉੱਪਰ ਵੀ ਜਿਹੜੀ ਪੂਰੀ ਮੁਸਤੈਦ ਜਿਹਦੀ ਸੇਫਟੀ ਜਿਹਦੇ ਚ ਸਕਿਉਰਿਟੀ ਵਾਈਜ਼ ਇੰਨੇ ਕਿ ਤਕੜੀ ਹੁੰਦੀ ਆ ਵੀ ਉੱਥੇ ਤਾਂ ਪਰਿੰਦਾ ਨਹੀਂ ਪਰ ਮਾਰਦਾ ਚਾਹੇ ਉਹ ਉੱਥੋਂ ਚਲੇ ਗਏ ਨੇ ਮੂਵ ਹੋ ਜਾਂਦੇ ਨੇ ਗਰਮੀਆਂ ਚ ਤੇ ਪਰ ਇੱਦਾਂ ਕੋਈ ਕਿਵੇਂ ਮਤਲਬ ਕਰ ਗਿਆ ਇੱਕ ਸਿਰਫ ਇੱਕ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾਂਦਾ ਜਿਵੇਂ ਤੁਸੀਂ ਦੱਸਿਆ ਇੱਥੇ ਬੈਠੇ ਬੰਦਿਆਂ ਨੂੰ ਟਾਰਗੇਟ ਕੀਤਾ ਜਾਂਦਾ ਉੱਥੇ ਪਰ ਇਹ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਤਾਂ ਜ਼ਰੂਰ ਆ ਔਰ ਦੂਜੀ ਗੱਲ ਜਿਵੇਂ ਆਪਣੇ ਆਪਣੇ ਕਿਹਨਾਂ ਦੇ ਜਥੇਦਾਰ ਸਾਹਿਬ ਨੇ ਕਿਹਾ ਵੀ ਸੀਮਨ ਵਾਲੀ ਗੱਲ ਜਿਹੜੀ ਚਲੋ ਉਹਨਾਂ ਨੇ ਕੋਈ ਝੂਠ ਤਾਂ ਕਹੀ ਨਹੀਂ ਜੀ ਬਈ ਜਿਹੜੇ ਸੈਂਟਰ ਬਹੁਤ ਖੁੱਲ ਗਏ ਨੇ ਪਰ ਉਹ ਕਿੱਥੇ ਕਿਵੇਂ ਇਹ ਤੁਹਾਡੀ ਗੱਲ ਸਹੀ ਆ ਵੀ ਥੋੜਾ ਬਹੁਤਾ ਪ੍ਰੂਫ ਕਰੋ ਵੀ ਇੱਕ ਇੱਕ ਮੈਂ ਕਹਿੰਦਾ ਜੀ ਸਾਰਿਆਂ ਨੂੰ ਬਦਨਾਮ ਨਾ ਕਰੀ ਜਾਓ ਵੀਰ ਜੀ ਤੁਹਾਡਾ ਸਵਾਗਤ ਹੈ ਧੰਨਵਾਦ ਜੋ ਤੁਸੀਂ ਗੱਲ ਨੂੰ ਮੇਰੀ ਨੂੰ ਸੁਣਿਆ ਤੇ ਕਾਲ ਕੀਤਾ ਕੀਦਾ ਸਾਹਿਬ ਨੇ ਇਹਦੇ ਉੱਤੇ ਮੈਨੂੰ ਆਰਟੀਕਲ ਵੀ ਭੇਜਿਆ ਆਪਾਂ ਸੁਣਾਵਾਂਗੇ ਪਰ ਗੱਲ ਤਾਂ ਇਹ ਆ ਗਈ ਕਿ ਬਦਨਾਮ ਹੋ ਗਿਆ ਹੁਣ ਜਹੇਦਾਰ ਸਾਹਿਬ ਤੁਸੀਂ ਇਹਦਾ ਅਲਟਰਨੇਟਿਵ ਕੀ ਲੈ ਕੇ ਜਾ ਰਹੇ ਹੋ ਹਾਂ ਤੁਸੀਂ ਤਾਂ ਪੰਜਾਬੀਆਂ ਦਾ ਕਾਲਾ ਧੱਬਾ ਲਾਤਾ ਜੀ ਇੱਕ ਤਰ੍ਹਾਂ ਦਾ ਤੁਸੀਂ ਤਾਂ ਅਣਖ ਖਤਮ ਤੁਸੀਂ ਤਾਂ ਅਣਖ ਨੂੰ ਵੰਗਾਰ ਦਿੱਤਾ ਕੋਈ ਕੱਲ ਨੂੰ ਉੱਠ ਕੇ ਕਹੋ ਜਾਓ ਜਾਓ ਤੁਹਾਡਾ ਜਹੇਦਾਰ ਕਹਿੰਦਾ ਸੀ ਤੁਸੀਂ ਆਪਣੇ ਪਿਓ ਦੀ ਲਾ ਦੀ ਨਹੀਂ ਤੁਸੀਂ ਤਾਂ ਕਹਿ ਦਿੱਤਾ ਅਗਲਿਆਂ ਨੇ ਵੀ ਕਿਹਾ ਸੀ ਤੁਹਾਡੀ ਜਨਰੇਸ਼ਨ ਚੇਂਜ ਕਰਨੀ ਤੁਸੀਂ ਉੱਤੇ ਮੋਹਰ ਲਾ ਦਿੱਤੀ ਮੋਹਰ ਲਾ ਦਿੱਤੀ ਪਰ ਤੁਸੀਂ ਕੀ ਕਰ ਰਹੇ ਹੋ ਹੁਣ ਤੁਸੀਂ ਕੋਈ ਸਰਮੌਰ ਆਗੂ ਆ ਜੀ ਇੱਕ ਸੰਸਥਾ ਦੇ ਜੇ ਤੁਹਾਨੂੰ ਪਤਾ ਕਿ ਮੇਰੀ ਕੌਮ ਖਤਰੇ ਦੇ ਵਿੱਚ ਹੈ ਹੁਣ ਤੁਸੀਂ ਕੀ ਕਰ ਰਹੇ ਹੋ ਤੇ ਸਟੈਪ ਹੀ ਚੱਕੋ ਕੱਲਾ ਬੋਲਣ ਤੇ ਨਾ ਰੱਖੋ ਹਮੇਸ਼ਾ ਆਂਗੋ ਹਾਂਜੀ ਹਰ ਵਕਤ ਤੁਸੀਂ ਬੋਲਣ ਤੇ ਨਾ ਰਹੋ ਸਿਰਫ ਬੋਲ ਕੇ ਬਿਆਨ ਦੇ ਕੇ ਛੱਡ ਜਾਣਾ ਮੁੜ ਕੇ ਸੁਲਗੀ ਜਾਣਗੇ ਬਸ ਤੁਸੀਂ ਨੂੰ ਅੱਗ ਲਾ ਦੋ ਮੜੀ ਜੀ ਬਸ ਉਹ ਪਰ ਤੁਸੀਂ ਤਾਂ ਮੁਖੀ ਹੋ ਇੱਕ ਸੰਸਥਾ ਦੇ ਤੁਸੀਂ ਜੋ ਆਰਡਰ ਦਿੰਦੇ ਹੋ ਤੁਹਾਡਾ ਕੋਈ ਉਹ ਵੀ ਟਾਈਮ ਹੁੰਦਾ ਸੀ ਜਥੇਦਾਰ ਆਰਡਰ ਦਿੰਦਾ ਹੁੰਦਾ ਸੀ ਸਾਰੀ ਕਹਿੰਦਾ ਹੁੰਦਾ ਕੌਮ ਭੱਜ ਕੇ ਆ ਜਾਂਦੀ ਬਿਲਕੁਲ ਬਿਲਕੁਲ ਅੱਜ ਕਿਉਂ ਨਹੀਂ ਆਉਂਦੀ ਬਿਲਕੁਲ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਥੈਂਕ ਯੂ ਨੈਕਸਟ ਕਾਲ ਪਲੀਜ਼ ਹੈਲੋ ਹੈਲੋ ਹਾਂਜੀ ਚਾਵਲਾ ਜੀ ਦਿੱਪੀਪੁਰੀ ਬੋਲ ਰਿਹਾ ਸਰ ਜੀ ਦਿੱਪੀਪੁਰੀ ਜੀ ਸਰ ਅੱਜ ਦਾ ਤੁਸੀਂ ਟੈਸਟ ਟਿਊਬ ਬੇਬੀ ਦੀ ਗੱਲ ਚੱਲ ਰਹੀ ਹੈ ਜਥੇਦਾਰ ਸਾਹਿਬ ਦੇ ਸਟੇਟਮੈਂਟ ਬਾਰੇ ਉਹਦੇ ਕਰਕੇ ਮੇਰੇ ਕੋਲ ਰਿਹਾ ਨਹੀਂ ਗਿਆ ਜੀ ਕਿਉਂਕਿ ਮੇਰਾ ਫੀਲਡ 17 ਸਾਲ ਇਹੀ ਰਿਹਾ ਜੀ ਡਿਫਰੈਂਟ ਮੈਡੀਕਲ ਕਾਲਜਸ ਦੇ ਵਿੱਚ ਉਦੋਂ ਟੈਸਟ ਟਿਊਬ ਬੇਬੀ ਇੰਟਰੋਡਿਊਸ ਹੋ ਰਿਹਾ ਸੀ ਜਦੋਂ ਮੈਂ ਲੁਧਿਆਣੇ ਸੀਐਮਸੀ ਡੀਐਮਸੀ ਔਰ ਇਹਨਾਂ ਮੈਡੀਕਲ ਕਾਲਜਸ ਦੇ ਵਿੱਚ ਡਾਕਟਰਾਂ ਦੇ ਨਾਲ ਇਹ ਡਿਸਕਸ ਕਰ ਰਿਹਾ ਸੀ ਲਾਂਚ ਕਰ ਰਹੇ ਸੀ
और ये टॉपिक इन्ना नहीं है भी एक स्टेटमेंट के नाल जिम्मे उन्होंने कहता है ए घंटे गल्ला हो सकती है जो कभी तुम मौका मिलेगा ना आप कभी बैठे आई कैन एक्सप्लेन इन लेंथ हाँ इतने मैं ये जरूर कहांगा पहली सक्सैस जी हुई थी टेस्ट ट्यूब बेबी की उस कलकत्ता बॉम्बे से बंगलौर साइड वाल हुई थी पंजाब तो कितने खड़ा ही नहीं गा पंजाब तो है जाके सर नाइनटीज के ये जरूरी नहीं भी स्पर्म ही दिते जान एग भी दिते जाते हैं पर यह जरूरी नहीं है एग बाहरों या स्पर्म बाहरों लिते जाते हैं कई बार लेडीज के यहो जहा इशू होंगे भी स्पर्म हसबेंड के बाहर लैके और एग न मिला के फिर अंदर दिता जाता है बिल्कुल बिलकुल सही गल देखो ना कि जहेदार साहब ने सवालिया फिक्रा नहीं क्या उन्हें शरेआम कह दिता सर मैं जथेदार साहब जो पूछा ना इनफर्टिलिटी इंपोर्टेंसी की फर्क है उन्होंने पता ही नहीं आना अपने इंडिया दे वेचे जे किसे दे बच्चा नहीं ना होता तो आम असि कह रहे यार इंपोर्टेंट है इंपोर्टेंट जड़ा वो मेल हो सकता है इनफर्टाइल कपल होता है हस्बैंड वाइफ इनफर्टाइल वो है जो जिसे बच्चा नहीं हो रहा और क्यों नहीं हो रहा यह बहुत वड्डा टॉपिक है सर मैं अफसोस है ना अफसोस यह है कि अज तो 15 साल पहले कोई जहेदार ज कोई साड़ी कौम का नेता कोई लीडर को बयान दिता फोन करीदा इंटरव्यू लिए भी तैयार हो जाता है ना अज ये कहें कि असी तो भी मन की बात कर दी है तुम खाओ ठे खूह ची फिर जो बोलना है तो अपनी वीडियो बना के पा देंगे घर घर चैनल बने हुए हैं चावला साहब जो अमीर लोग जो ये कहते हैं भी सू कॉस्मेटिक बेबी चाहिए मतलब सू स्पर्म चाहिए जो किसी वे स्टार के या कौन है उ कर सकते हैं जी जी तो या मां यह कहती भी मैं अपना ढिड नहीं देना है सैरोगेशन मदर जिन्हों कहते हैं मेरी फिक्र खराब हो जाएगी जो तो असं रेंट करते वूंब लें चॉइस है इंडिविजुअल चॉइस है ਤੁਸੀਂ ਕੀ ਕਰਨਾ ਕੀ ਨਹੀਂ ਕਰਨਾ ਇੱਕ ਮਾਂ ਨੇ ਇੱਕ ਪਿਓ ਨੇ ਇੱਕ ਪਰਿਵਾਰ ਨੇ ਬੱਚਾ ਕਿਵੇਂ ਪੈਦਾ ਕਰਨਾ ਆਪਾਂ ਤੁਸੀਂ ਸਾਰੀ ਸੋਸਾਇਟੀ ਤੇ ਦੇਣਾ ਪਰ ਤੁਸੀਂ ਸਾਰੀ ਕੌਮ ਨੂੰ ਸਾਰੀ ਪੰਜਾਬੀਅਤ ਨੂੰ ਖਾਸ ਤੌਰ ਤੇ ਸਿੱਖ ਕੌਮ ਨੂੰ ਤੁਸੀਂ ਟਾਰਗੇਟ ਖੜਾ ਕਰਤਾ ਤੁਹਾਨੂੰ ਆਪਣਾ ਬੱਚਾ ਲੈ ਕੇ ਤੁਰੇ ਜਾਂਦੇ ਹੋ ਤਾਂ ਕਿਸੇ ਨਾਲ ਆਰਗੂਮੈਂਟ ਹੋ ਜਾਓ ਜਾ ਜਾ ਤੁਹਾਡੇ ਜਹੇਦਾਰ ਨੇ ਕਿਹਾ ਸੀ ਤੁਹਾਡੇ ਤੇ ਲਾ ਦੀ ਉਹ ਆਪਾਂ ਉੱਥੇ ਆਪਾਂ ਆਮ ਕਹਿਣੇ ਸੀ ਦਿੰਦੇ ਜਾ ਯਾਰ ਮੈਂ ਜਾਨ ਨਾ ਦੇਣੀ ਬਹੁਤ ਮਿਹਰਬਾਨੀ ਮੈਂ ਜਥੇਦਾਰ ਉਹੀ ਕਹਣਾ ਜਿਸ ਦਿਨ ਕਦੀ ਆਪਾਂ ਨੂੰ ਤੁਹਾਡੇ ਕੋਲ ਫ੍ਰੀ ਟਾਈਮ ਹੋਇਆ ਨਾ ਤੇ ਆਪਾਂ ਬਿਠਾਇਆ ਜੇ ਬੈਠਾਂਗੇ ਫਿਰ ਮੈਂ ਤੁਹਾਨੂੰ ਦੱਸਾਂਗਾ ਵੀ ਮੈਡੀਕਲ ਕਾਲਜਸ ਦੇ ਕਿਸ ਤਰ੍ਹਾਂ ਅਸੀਂ ਲਾਂਚ ਕਰਦੇ ਸੀ ਔਰ ਕੀ ਡਿਸਕਸ਼ਨਾਂ ਹੁੰਦੀਆਂ ਮੈਂ ਤਾਂ ਕਹਾਂਗਾ ਜਹੇਦਾਰ ਸਾਹਿਬ ਤੁਹਾਡੇ ਘਰ ਦਾ ਪਰਿਵਾਰ ਹੈ ਪੰਜਾਬ ਤੇ ਪਰਿਵਾਰ ਦੇ ਤੁਹਾਡੇ ਆਪਣੇ ਜੀ ਦੇ ਵਿੱਚ ਇੱਕ ਬਿਮਾਰੀ ਲੱਗ ਗਈ ਹੈ ਕੀ ਉਹਦਾ ਇਲਾਜ ਕਰਵਾਓਗੇ ਕੀ ਉਹਨੂੰ ਹੁਣ ਚੰਗੇ ਡਾਕਟਰ ਕੋਲ ਦਿਖਾਓਗੇ ਕੀ ਉਹਨੂੰ ਕੋਈ ਆਪਣੇ ਤੁਸੀਂ ਜੇ ਉਹਨੂੰ ਤੁਹਾਨੂੰ ਪਤਾ ਕਿ ਇਹਨਾਂ ਚੀਜ਼ਾਂ ਤੋਂ ਬਚਾ ਕਰਕੇ ਅਸੀਂ ਆਪਣੇ ਪਰਿਵਾਰ ਨੂੰ ਖੁਸ਼ੀ ਰੱਖ ਸਕਦੇ ਹਾਂ ਤੇ ਤੁਸੀਂ ਕੀ ਉਹ ਗਿਆਨ ਵੰਡੋਗੇ ਬੋਲ ਤਾਂ ਤੁਸੀਂ ਦਿੱਤਾ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੇ ਬੋਲ ਦਿੱਤਾ ਪਰ ਘਰੇ ਬੈਠ ਕੇ ਹੁਣ ਤੁਸੀਂ ਚੁੱਪ ਕਰਕੇ ਫਿਰ ਇਹ ਤਮਾਸ਼ਾ ਵੇਖੀ ਜਾਓਗੇ ਸਵਾਲ ਤਾਂ ਇਹ ਪੈਦਾ ਹੁੰਦਾ ਮਿਹਰਬਾਨੀ ਜਨਾਬ ਥੈਂਕ ਯੂ ਵੈਸੇ ਮੈਂ ਨਾ ਸੋਚਿਆ ਸੀ ਇਹੋ ਜਿਹੇ ਮੁੱਦਿਆਂ ਦੇ ਉੱਤੇ ਆਪਾਂ ਟੌਪਿਕ ਸਾਈਡ 'ਤੇ ਕਰਕੇ ਆਪਾਂ ਬਾਕੀ ਵੀ ਜਿਵੇਂ ਗੋਂਗਲੋਂ ਤੋਂ ਮਿੱਟੀ ਝਾੜ ਦਿੰਦੇ ਪਰ ਅੰਦਰ ਖੂਨ 'ਚ ਹੀ ਅਣਖ ਹੈ ਨਹੀਂ ਬਰਦਾਸ਼ਤ ਹੁੰਦੀ ਕੀਤਾ ਸਾਹਿਬ ਕੀ ਕਰੀਏ ਹੁਣ ਇਹਨਾਂ ਦੇ ਸਿਫਤਾਂ ਕਰ ਦਈਏ ਤੇ ਇਹਨਾਂ ਨੂੰ ਜਦੋਂ ਸੁਨੇਹਾ ਦੇਣਾ ਵੀ ਮੈਂ ਆਇਆ ਜੀ ਇਹਨਾਂ ਭੱਜ ਕੇ ਆਉਣਾ ਸਰੋਪਾ ਵੀ ਗੱਲ 'ਚ ਪਾ ਦੇਣਗੇ ਪਰ ਇਹ ਲਾਂਤਾਂ ਇਹੋ ਜਿਹੇ ਸਰੋਪੇ ਪਾਉਂਦੀਆਂ ਜਿਹੜੀਆਂ ਤੁਸੀਂ ਜ਼ਮੀਰਾਂ ਮਾਰ ਕੇ ਸਰੋਪੇ ਪਾਉਣੇ ਆ ਤਲਵੇ ਚੱਟ ਕੇ ਮੈਂ ਤਾਂ ਥੁੱਕਦਾ ਇਹੋ ਜਿਹਾ ਸਰੋਪਿਆਂ ਦੇ ਉੱਤੇ ਜਦੋਂ ਕੋਈ ਤੁਹਾਡੇ ਕੀਤੇ ਹੋਏ ਕੰਮ ਨੂੰ ਸਲਾਹੇਗਾ ਨਾ ਫਿਰ ਤੁਸੀਂ ਉਹ ਸ਼ਾਬਾਸ਼ ਦੇ ਹੱਕਦਾਰ ਅਕਾਲ ਇੱਕ ਮਾਂ ਮੇਰੀ ਮੈਨੂੰ ਜਨਮ ਥੋੜ੍ਹੀ ਦਿੱਤਾ ਮੇਰਾ ਇੱਕ ਲਿਸਨਰ ਹੈ ਇੱਕ ਸਰੋਤਾ ਆ ਮੇਰਾ ਵੈਲ ਵਿਸ਼ਰ ਹੈ ਕਿ ਇਹ ਮੇਰਾ ਪੁੱਤ ਪੰਜਾਬ ਗਿਆ ਹੋਇਆ ਵਾ ਇਹ ਸੱਚੀਆਂ ਗੱਲਾਂ ਕਰਦਾ ਪਤਾ ਨਹੀਂ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਆ ਕੀ ਮਾਹੌਲ ਆ ਉਹਨੇ ਮੈਨੂੰ ਮੇਰੀਆਂ ਉਹ ਮੈਂ ਉਹਦੀ ਕੋਖ ਤੋਂ ਛੋਟੀ ਜਿਹੀ ਜਨਮ ਲਿਆ ਇੱਕ ਇਹ ਇਹ ਅੰਦਰਾਂ ਜੁੜੀਆਂ ਹੁੰਦੀਆਂ ਨੇ ਪਿਆਰ ਹੈ ਕਈ ਘਟਨਾਵਾਂ ਉੱਥੇ ਹੁੰਦੀਆਂ ਨੇ ਇਸ ਕਰਕੇ ਉਹ ਚਿੰਤਾ ਦੇ ਵਿੱਚ ਨੇ ਸੋ ਤੁਹਾਡਾ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ